ਬੱਲੇ 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 ਲੈ ਵੀ ਪਹੁੰਚ ਗਿਆ ਬਿਕਰ ਬਾਦਸ਼ਾਹ। ਚਲੋ ਚਲੋ ਚਲੋ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆਹ ਹਾ 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 ਓਏ ਹੋ 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 ਬਸ ਜੀ ਬਸ, ਮੈਂ ਕਿਹਾ ਰੋਕ ਦਿਓ ਜੀ ਭਾਵੇਂ, ਕੋਈ ਗੱਲ ਨਹੀਂ ਐਸੀ ਗੱਲ। ਇੱਧਰ ਉੱਤਰ ਚੱਲੀਏ, ਐਵੇਂ ਕਾਹਨੂੰ ਪੰਗਾ ਲੈਣਾ, ਇੱਧਰੋਂ ਚੱਲਦੇ ਹਾਂ। ਹੋਰ ਇਸ ਉਮਰ 'ਚ ਹੱਡ ਵੀ ਨਹੀਂ ਜੁੜਦੇ ਮੁੜ ਕੇ। ਵਾਹ ਜੀ ਵਾਹ, ਪੰਜਾਬ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੇ ਲੈ ਹੀ ਜਾਂਦਾ ਇੱਥੇ ਮੈਨੂੰ। ਹਾਂਜੀ ਭਾਅ ਜੀ, ਆ ਜਾਓ ਆ ਜਾਓ ਆ ਜਾਓ। ਥੈਂਕ ਯੂ ਤੁਹਾਡਾ ਪਹਿਲਾਂ ਤਾਂ, ਤੁਸੀਂ ਮੈਨੂੰ ਇੱਥੇ ਲੈ ਕੇ ਆਏ ਏਡੀ ਦੂਰੋਂ। ਔਰ ਵੈਸੇ ਲਿਆਏ ਤੁਸੀਂ ਅੱਗੇ ਬਿਠਾ ਕੇ ਨਹੀਂ ਲਿਆਏ, ਮੱਝਾਂ ਵਾਂਗੂ ਪਿੱਛੇ ਲੱਦ ਕੇ ਲਿਆਏ ਮੈਨੂੰ। ਪੰਜਾਬ ਪੁਲਿਸ ਦਾ ਕੰਮ ਹੀ ਸੂਤੀ ਏਦਾਂ ਆ ਜਾਓ, ਕਰ ਲਓ ਬੰਦ। ਅੱਛਾ ਮੈਂ ਦੇਖੋ ਜੀ, ਬਿਕਰ ਬਾਦਸ਼ਾਹ ਪੰਜਾਬ ਤੋਂ ਆਇਆ ਸੀ ਨਿਊਯਾਰਕ। ਅੱਛਾ ਜੀ। ਨਿਊਯਾਰਕ ਤੋਂ ਫਿਰ ਮੈਂ ਆਇਆ ਕੈਲੀਫੋਰਨੀਆ, ਅਤੇ ਹੁਣ ਮੇਰਾ ਨੌਕਰੀ ਨਾਲ ਇਕੱਲਾ ਸਰਦਾ ਨਹੀਂ। ਅੱਛਾ ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਪੈਸੇ ਘੱਟ ਦਿੰਦੇ ਆ ਪੁਲਿਸ ਨੂੰ। ਅੱਛਾ ਜੀ। ਫਿਰ ਮੈਨੂੰ ਇਹ ਆ ਵੀ ਟਰੱਕ ਸਿੱਖਣਾ ਚਾਹੁੰਦਾ ਮੈਂ ਡਰਾਈਵਿੰਗ। ਆ ਜਾਓ ਜਦੋਂ ਮਰਜ਼ੀ ਇੱਥੇ ਪੰਜਾਬ ਟਰੱਕ। ਜਦੋਂ ਮਰਜ਼ੀ ਕਿ ਆ ਗਏ ਜੀ, ਜਦੋਂ ਮਰਜ਼ੀ ਕਦੋਂ ਆਉਣਾ ਆਪਾਂ? ਆ ਜਾਓ ਇੱਥੇ ਟਰੱਕ। ਅੱਛਾ ਇੱਕ ਮਿੰਟ, ਤੁਹਾਡਾ ਨਾਮ ਜੋਗਾ ਸਿੰਘ ਨਹੀਂ ਹੈ? ਹਾਂਜੀ ਜੋਗਾ ਸਿੰਘ। ਹਾਂ ਦੇਖਿਆ ਜੀ ਮੈਨੂੰ, ਮੈਂ ਕਿੰਨਾ ਬੂਝੜਾ, ਮੈਂ ਬਹੁਤ ਜਾਣਾ। ਸੋਰੀ, ਮੈਂ ਕਿੰਨਾ ਸਿਆਣਾ, ਮੈਂ ਹਾਂਜੀ ਬਹੁਤ ਜਾਣਾ ਨਾਮ। ਅੱਛਾ ਜੋਗਾ ਸਿੰਘ ਜੀ, ਤੁਸੀਂ ਸਾਰਾ ਇੱਥੇ ਦੇਖ ਰੇਖ ਕਰਦੇ ਹੋ? ਹਾਂਜੀ ਹਾਂਜੀ ਸਾਰਾ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਮੈਂ ਟਰੱਕ ਡਰਾਈਵਿੰਗ ਸਿੱਖਣੀ ਹੋਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ? ਪਹਿਲਾਂ ਤੁਸੀਂ ਆਣ ਕੇ ਪੇਪਰ ਵਰਕ ਕਰੋ, ਤੁਸੀਂ ਰਿਟਨ ਟੈਸਟ ਲਵੋ। ਅੱਛਾ ਜੀ। ਉਹ ਤੋਂ ਬਾਅਦ 'ਚ ਫਿਰ ਇੱਥੇ ਦਾਖਲਾ ਕਰਾ ਲਓ ਸਾਡੇ ਕੋਲ, ਫਿਰ ਉਹ ਤੋਂ ਬਾਅਦ 'ਚ ਫਿਰ ਅਸੀਂ ਤੁਹਾਨੂੰ ਇੰਸਪੈਕਸ਼ਨ ਕਰਾਵਾਂਗੇ, 6 ਪੁਆਇੰਟ ਕਰਾਵਾਂਗੇ। ਉਹ ਤੋਂ ਬਾਅਦ 'ਚ ਫਿਰ ਤੁਹਾਨੂੰ ਰੋਡ 'ਤੇ ਲਿਜਾ ਕੇ ਅਤੇ ਫਿਰ ਤੁਹਾਡੀ ਅਪਾਇੰਟਮੈਂਟ ਬਣਾ ਕੇ ਤੁਹਾਨੂੰ ਟੈਸਟ ਦਵਾਵਾਂਗੇ। ਅੱਛਾ ਜੀ। ਹਾਂਜੀ। ਫਿਰ ਮਤਲਬ ਚਾਂਸ ਹੈਗੇ ਆ? ਹਾਂਜੀ ਹਾਂਜੀ, ਪੂਰੇ ਚਾਂਸ ਹੈਗੇ। ਇੱਦਾਂ ਨਹੀਂ ਬਣ ਜਾਂਦਾ ਉੱਦਾਂ ਇੱਦਾਂ ਜਿਵੇਂ ਪੰਜਾਬ ਦੇ ਵਿੱਚ ਲੈ ਦੇ ਕੇ ਕੰਮ? ਨਹੀਂ ਨਹੀਂ ਜੀ, ਉਹ ਇੱਦਾਂ ਦਾ ਕੰਮ ਨਹੀਂ ਕਰਦੇ, ਉਹ ਇੱਥੇ ਨਹੀਂ ਹੁੰਦਾ ਹੈ ਜੀ। ਚਲੋ ਕੋਈ ਨਹੀਂ, ਆ ਜਾਓ ਨਾਲੇ ਆਪਾਂ ਅੱਗੇ ਅੱਗੇ ਤੁਰਦੇ ਹਾਂ ਅਤੇ ਨਾਲੇ ਗੱਲਬਾਤ ਕਰਦੇ ਹਾਂ। ਅਤੇ ਪੰਜਾਬ ਟਰੱਕ ਡਰਾਈਵਿੰਗ ਸਕੂਲ ਜਿਹੜਾ, ਕਿੰਨੀ ਦੇਰ ਹੋ ਗਈ ਇੱਥੇ ਫ੍ਰਿਜਨੋ 'ਚ? ਪੰਜਾਬ ਟਰੱਕ ਡਰਾਈਵਿੰਗ ਸਕੂਲ ਜੀ 2 ਸਾਲ ਹੋ ਗਏ ਇੱਥੇ ਫ੍ਰਿਜਨੋ ਦੇ ਵਿੱਚ ਬਣਾਏ ਨੂੰ ਸਾਨੂੰ। ਅਤੇ ਹੋਰ ਇੱਥੇ ਕਿਹੜਾ ਕੰਮ ਕਾਰ ਹੈਗਾ ਤੁਹਾਡਾ? ਸਾਡੇ ਕੋਲ ਜੀ ਟਰੱਕ ਅਲਾਈਨਮੈਂਟ, ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ੋਪ ਐਂਡ ਟਾਇਰ ਹੋਲਸੇਲ। ਅੱਛਾ ਜੀ, ਸਾਰਾ ਕੰਮ ਰੱਖਿਆ? ਹਾਂਜੀ ਹਾਂਜੀ, ਇੱਕੋ ਛੱਤ ਪਰੇ ਤੱਕ ਸਾਰਾ ਤੁਹਾਡਾ ਹੀ ਆ? ਹਾਂਜੀ, ਸਾਰਾ ਜਾੜ ਆਪਣਾ ਹੀ ਆ ਇਹ ਪਰੇ। ਠੀਕ ਹੈ ਜੀ, ਠੀਕ ਹੈ। ਚਲੋ ਅਤੇ ਆਪਾਂ ਗੱਲਬਾਤ ਕਰਦੇ ਹਾਂ, ਉਧਰ ਪੌੜ ਰੰਧਾਵਾ ਸਾਹਿਬ ਨਾਲ ਵੀ ਗੱਲ ਕਰਨੀ ਆ। ਹਾਂਜੀ ਹਾਂਜੀ। ਅਤੇ ਬਾਕੀ ਇੱਥੇ ਜਿਹੜੇ ਸਟੂਡੈਂਟ ਹੈਗੇ ਉਹਨਾਂ ਨੂੰ ਮੈਂ ਪੁੱਛੂੰਗਾ ਪਹਿਲਾਂ ਵੀ ਕਿਵੇਂ ਤੁਸੀਂ, ਹਾਂਜੀ ਹਾਂਜੀ, ਵਧੀਆ ਸਿਖਾਉਂਦੇ ਕਿੱਦਾਂ? ਤੁਸੀਂ ਸਟੂਡੈਂਟਾਂ ਤੋਂ ਵੀ ਪੁੱਛ ਲਓ ਕਿੱਦਾਂ ਸਿਖਾਉਂਦੇ ਆ ਆਪਾਂ, ਕਿੱਦਾਂ ਰਹਿਣ ਸਹਿਣ ਆ, ਕਿੱਦਾਂ ਆਪਣਾ ਸਾਰਾ ਕੁਝ ਇੱਥੇ ਆ। ਅਤੇ ਸਟੂਡੈਂਟਾਂ ਦੀ ਰਿਹਾਇਸ਼ ਵਗੈਰਾ ਏਅਰਪੋਰਟ ਤੋਂ ਹੁੰਦੀ? ਏਅਰਪੋਰਟ ਤੋਂ ਪਿਕਅਪ ਇੱਥੇ ਆਪਾਂ ਕਰਕੇ ਲਿਆਉਂਦੇ ਹਾਂ, ਇੱਥੇ ਆਪਣੇ ਕੋਲ ਇੱਥੇ ਸਕੂਲ 'ਚ ਹੀ ਰਿਹਾਇਸ਼ ਆ। ਅੱਛਾ, ਵਧੀਆ ਏਸੀ ਲੱਗੇ ਆ, ਸਾਰਾ ਕੁਝ ਹੈਗਾ ਆ। ਅਤੇ ਤੁਹਾਡਾ ਕਿਹੜਾ ਏਰੀਆ ਉੱਧਰੋਂ? ਮੇਰਾ ਜਲੰਧਰ। ਜਲੰਧਰ? ਹਾਂਜੀ। ਫਿਰ ਇਹ ਇੱਥੇ ਇੰਨੀ ਦੇਰ ਹੋ ਗਈ ਸਾਰਾ ਕੰਮ ਕਾਰ ਇੱਕੋ ਵਾਰੀ ਸ਼ੁਰੂ ਕੀਤਾ ਕਿ ਪਹਿਲਾਂ ਸਕੂਲ ਸ਼ੁਰੂ ਕੀਤਾ? ਨਹੀਂ, ਪਹਿਲਾਂ ਆਪਾਂ ਸ਼ੋਪ ਸ਼ੁਰੂ ਕੀਤੀ ਸੀ, ਸਕੂਲ ਬਾਅਦ 'ਚ ਕੀਤਾ ਆ ਹੁਣ। ਅੱਛਾ ਜੀ। ਹਾਂਜੀ। ਅਤੇ ਹੁਣ ਗਾਹ ਹੋਰ ਕੀ ਸ਼ੁਰੂ ਕਰਨਾ? ਹੁਣ ਬਸ ਇੰਨਾ। ਅੱਛਾ, ਹੁਣ ਸਕੂਲ ਬਸ ਇੰਨਾ ਕੁ ਠੀਕ ਆ, ਹੁਣ ਇੱਕੋ ਛੱਤ ਥੱਲੇ ਸਾਰਾ ਕੰਮ ਹੋਈ ਜਾਂਦਾ ਆ। ਇਹ ਜੋਗਾ ਨਾਮ ਮਤਲਬ ਕੀ ਕਹਿੰਦੇ ਸੀ ਵੀ? ਮੈਨੂੰ ਤਾਂ ਨਿੱਕੇ ਹੁੰਦੇ ਮੇਰਾ ਨਾਮ ਵੀ ਜੋਗਾ ਸੀਗਾ, ਮੇਰਾ ਬਾਬੇ ਨੇ ਮੇਰੇ ਨੇ ਦਾਦੇ ਨੇ ਰੱਖਿਆ ਸੀਗਾ। ਅੱਛਾ ਜੀ। ਨਹੀਂ, ਮੇਰਾ ਨਾਮ ਵੀ ਜੋਗਾ ਸੀ ਅਤੇ ਮੇਰੀ ਮਾਂ ਕਹਿੰਦੀ ਸੀ ਤੂੰ ਕਾਹਦੇ ਜੋਗਾ ਨਹੀਂ? ਮੈਨੂੰ ਵੀ ਇੱਦਾਂ ਹੀ ਕਹਿੰਦੇ ਸੀ, ਮੇਰਾ ਤਾਂ ਬਹੁਤ ਜੋਗੇ ਹੋ ਤੁਸੀਂ, ਤਾਂ ਐਡਾ ਵੱਡਾ ਕੰਮ ਸਾਂਭਿਆ ਤੇ ਤੁਸੀਂ ਤਾਂ ਬਥੇਰਾ ਕੁਝ ਸਾਂਭਿਆ। ਮੈਨੂੰ ਵੀ ਸਾਰੇ ਇੱਦਾਂ ਹੀ ਕਹਿੰਦੇ ਤੂੰ ਕਾਹਦੇ ਜੋਗਾ ਨਹੀਂ, ਫਿਰ ਮੈਂ ਇੱਥੇ ਜੋਗਾ ਬਣ ਕੇ ਦਿਖਾਤਾ ਵੀ ਸਾਰਾ ਜੋਗਾ ਬਣ ਕੇ ਬਹਿ ਜਾ ਬੈਕਗ੍ਰਾਉਂਡ ਤੇ। ਅੱਛਾ, ਇਹਦੇ ਨਾਲ ਕਰ ਲਈਏ ਗੱਲ ਵੇ। ਅੱਛਾ, ਇੱਕ ਉਹ ਪੌੜਨ ਦਾ ਬਾਪਾ ਜੀ ਜਿਹੜੇ ਨੇ? ਹਾਂਜੀ ਹਾਂਜੀ। ਬੰਦੇ ਠੀਕ ਹੈ? ਬਹੁਤ ਵਧੀਆ ਬੰਦੇ ਆ। ਨਹੀਂ, ਪੁਲਿਸ ਨੂੰ ਪੈਸੇ ਪੋ ਦੇ ਦੇਣਗੇ? ਪੁਲਿਸ ਨੂੰ ਰਿਸ਼ਵਤ ਪੂਰੀ ਦੇਣਗੇ ਪੰਜਾਬ ਪੁਲਿਸ। ਬਹਿ ਜਾ ਹੋ ਗਈ, ਫਿਰ ਇੱਧਰ ਕਰਦੇ ਹਾਂ ਗੱਲਬਾਤ। ਹਾਂਜੀ ਭਾਅ ਜੀ, ਕੀ ਹਾਲ ਚਾਲ? ਠੀਕ ਹੈ ਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹਰਮੇਸ਼ ਸਿੰਘ। ਅੱਛਾ, ਲੈ ਲਿਆ ਲਾਇਸੈਂਸ ਕਿ ਲੈਣਾ ਅਜੇ? ਨਾ, ਆਪਾਂ ਤਾਂ ਰੋਡ ਤੇ ਹੀ ਰਹਿੰਦੇ। ਰੋਡ ਤੇ ਬਹਿ ਜਾ ਬੈਕ ਕਰਾ ਦੇ। ਬਹਿ ਜਾ ਬਹਿ ਜਾ ਬਹਿ ਜਾ। ਚੰਗੀ ਗੱਲ, ਤੇ ਸੇਧ ਸ਼ੁਰੂ ਤੋਂ ਹੀ ਇਦਾਂ ਰੱਖੀ ਫਿੱਟ ਕੇ? ਬਸ ਇਦਾਂ ਹੀ ਹੈ, ਕਮਾਂ ਕਾਰਾਂ 'ਚ ਹੋਈ ਹੈ? ਨਹੀਂ, ਇਦਾਂ ਹੀ ਹੈ। ਅੱਛਾ ਭਾਅ ਜੀ, ਤੁਹਾਡਾ ਨਾਮ? ਮੇਰਾ ਨਾਮ ਪਲਵਿੰਦਰ ਸਿੰਘ ਲਿੱਦੜਾ ਜੀ। ਹਾਂਜੀ, ਤੁਸੀਂ ਟਰੱਕ ਦੇ? ਬਿਲਕੁਲ ਜੀ, ਬਹੁਤ ਸਾਲ ਹੋ ਗਏ ਜੀ। ਅੱਛਾ ਅੱਛਾ, 18-20 ਸਾਲ। ਵੈਸੇ ਇੱਥੇ ਘੁੰਮਣ ਫਿਰਨ? ਵੈਸੇ ਮਿਲਣਾ ਜੀ, ਕਿਉਂਕਿ ਭਾਈ ਨਾਲੇ ਇਹਨਾਂ ਦੇ ਕੰਮ ਬੜੇ ਨੇ, ਕੋਈ ਰਿਪੇਅਰ ਦਾ ਕਾਹੇ ਦਾ ਸਾਰਾ ਕੁਝ, ਸਾਰਾ ਕੁਝ ਕਰਾਈ ਜਾਂਦਾ ਜੀ ਇਹਨਾਂ ਕੋਲ ਜੀ। ਹਾਂਜੀ, ਭਾਈ ਤੁਹਾਡਾ ਨਾਮ? ਮੇਰਾ ਹਰਜਿੰਦਰ ਸਿੰਘ ਹੈ ਜੀ, ਸਰਪੰਚ। ਮੇਰੇ ਨਾਲ ਕਿੱਥੋਂ ਬਣਾਉਣਾ ਤੁਸੀਂ? ਨਹੀਂ, ਇੱਥੇ ਕਰਾਈਦੇ ਆ ਬਸ। ਆਪੇ ਹੋ ਜਾਂਦੇ? ਨਹੀਂ ਨਹੀਂ, ਆਪੇ ਉਹ ਤਾਂ ਪੱਗ ਬੰਨੀ ਦੀ ਆ, ਪਰ ਐਮਰਜੈਂਸੀ ਦੇ ਕੰਮ ਕਰਨਾ ਪੈਂਦਾ। ਸਾਬਕਾ ਸਰਪੰਚ ਵੀ ਹੈਗੇ ਤੇ ਗਰਾਂਟਾਂ ਗਰੂੰਟਾਂ ਕਿੰਨੀਆਂ ਖਾਧੀਆਂ? ਗਰਾਂਟਾਂ? ਨਹੀਂ, ਗਰਾਂਟਾਂ ਨਹੀਂ ਖਾਧੀਆਂ ਜੀ। ਨਹੀਂ, ਵੈਸੇ ਤਾਂ ਕਹਿੰਦੇ ਸਰਪੰਚ ਕਹਿੰਦੇ ਗਰਾਂਟਾਂ ਖਾਂਦੇ, ਗਲੀਆਂ ਨਾਲੀਆਂ ਖਾ ਜਾਂਦੇ, ਕਹਿੰਦੇ ਬਦਨਾਮ ਕਰੀ ਜਾਂਦੇ ਆ।
ਬਾਕੀ ਖਾਣ ਵਾਲੇ ਵੀ ਹੁੰਦੇ ਆ ਉਹਦਾ 5-4% ਤੁਸੀਂ ਨਹੀਂ ਕਰਨਾ ਹੀ ਅਸੀਂ ਨਹੀਂ ਕਰਨਾ ਠੀਕ ਹੈ ਜੀ ਖੜਕ ਦਾ ਮੇਰਾ ਨਾਮ ਸਨੀ ਹੈ ਜੀ ਸਨੀ ਗਾਣਾ ਗੁਣਾ ਸੁਣਾਉਣਾ ਕੋਈ ਲਿਖਿਆ ਕੀ ਹੈ ਨਹੀਂ ਜੀ ਇਹ ਤਾਂ ਇਨਸਪੈਕਸ਼ਨ ਕਰ ਤਿਆਰੀ ਕਰ ਰਹੇ ਜੀ ਤਿਆਰੀ ਕਰ ਰਹੇ ਹਾਂ ਹਾਂ ਜੀ ਹਾਂ ਜੀ ਕਿੰਨੀ ਦੇਰ ਹੋ ਗਈ ਤਿਆਰੀ ਕਰਦੇ ਨੇ ਮੈਨੂੰ 1 ਵੀਕ ਹੋਇਆ ਜੀ ਅਜੇ ਅੱਛਾ ਡਾਊਨਲੋਡ ਸਾਫਟਵੇਅਰ ਹਾਂ ਜੀ ਹਾਂ ਜੀ ਪੈਂਦੀ ਸੱਟੇ ਹੋਰ ਜੀ ਹੋਰ ਤੇ ਰਿਟਰਨ ਕਰ ਲਿਆ ਹੋਰ ਜੀ ਇੱਕੋ ਵਾਰੀ ਹਾਂ ਜੀ ਵੈਰੀ ਗੁੱਡ ਯਾਰ ਥੈਂਕ ਯੂ ਗੱਲ ਇੱਕ ਵਾਰੀ ਕਰ ਲਿਆ ਹਾਂ ਜੀ ਤੁਹਾਡਾ ਨਾਮ ਮਨਵੀਰ ਸਿੰਘ ਬਲਵੀਰ ਸਿੰਘ ਜੀ ਹਾਂ ਜੀ ਕਬੱਡੀ ਕੁੜੀ ਵਾਲਾ ਲੱਗਦਾ ਮੁੰਡਾ ਨਾ ਕਬੱਡੀ ਵਾਲੇ ਇੱਧਰ ਆ ਕਬੱਡੀ ਵਾਲੇ ਇੱਧਰ ਆ ਤੂੰ ਐ ਬਾਪੂ ਨੂੰ ਕੋਈ ਪੈਸੇ ਲਾ ਕੇ ਫਿਲਮ ਫੋਨ ਚੋਂ ਕੰਮ ਲਓ ਫੂਕੋ 50-60 ਲੱਖ ਰੁਪਈਆ ਤੇ 2-3 ਕਰੋੜ ਬਾਪੂ ਉੱਧਰ ਖੜਾ ਉਹ ਦਿੰਦਾ ਨਹੀਂ ਹੁਣ ਅੱਛਾ ਉਹ ਨਹੀਂ ਦਿੰਦੇ ਹੈ ਨਾ ਫਿਲਮਾਂ ਤਾਂ ਨਹੀਂ ਲਾਉਂਦੇ ਹੈਗੇ ਤੇ ਕੀ ਕਰਦੇ ਉਹਦਾ ਸਟੱਡੀ ਵਗੈਰਾ ਕੀ ਕਰ ਲਈ ਸਟੱਡੀ ਕਰਦੇ ਆ ਅੱਛਾ ਨਾਲ ਡਾਕਟਰੀ ਨਾਲ ਹੀ ਡਰੱਗ ਸਕੂਲ ਨਾਲ ਡਰੱਗ ਸਕੂਲ ਠੀਕ ਹੈ ਤੇ ਗਾਣਾ ਗੁਣਾ ਆਉਂਦਾ ਤਾਂ ਹੋਣਾ ਕੋਈ ਮਾੜਾ ਮੋਟਾ ਨਾ ਨਾ ਗਾਣਾ ਗਾਉਣ ਵਾਲਾ ਆਪਣਾ ਵਾਲਾ ਸ਼ੇਰ ਆ ਕੀ ਕੀ ਦੇ ਗਾਣੇ ਸੁਣਦੇ ਵੈਸੇ ਗਾਣੇ ਸਾਰੇ ਦੇ ਸੁਣ ਲਈਦੇ ਆ ਸਾਰੇ ਜਿਹੜਾ ਟਿੱਕੇ ਆ ਜੇ ਅੱਛਾ ਹਾਂਜੀ ਤੁਹਾਡਾ ਕਰਨਜੀਤ ਜੀ ਅੱਛਾ ਇਹ ਲੱਗਦਾ ਪਾਲਿਆਂ ਤੇ ਖੜੇ ਹੁੰਦੇ ਨਾ ਐ ਕਰ ਕਰ ਨਾਲ ਪਾਲਿਆਂ ਤੇ ਖੜੇ ਕਬੱਡੀ ਪਾਉਣੀ ਹੁਣੇ ਹਾਂਜੀ ਹਾਂਜੀ ਕੀ ਹਾਲ ਚਾਲ ਕਿਹੜਾ ਏਰੀਆ ਫਵਾੜਾ ਜੀ ਪਿੱਛੇ ਨਵਾਂ ਸ਼ਹਿਰ ਅੱਛਾ ਹਾਂਜੀ ਵੈਰੀ ਗੁੱਡ ਤੇ ਲੈ ਲਿਆ ਲਾਇਸੈਂਸ ਕਰਾਣਾ ਲੈ ਲਿਆ ਜੀ ਲੈ ਤੇ ਵਧੀਆ ਇੱਥੇ ਕੀ ਮਾਹੌਲ ਆ ਰਹਿਣ ਰੂਣ ਦਾ ਕਹਿੰਦੇ ਬਹੁਤ ਵਧੀਆ ਸਿਸਟਮ ਸਾਰਾ ਹੈਗਾ ਰੱਖਿਆ ਇਹਨਾਂ ਨੇ ਹਾਂਜੀ ਰਹਿਣ ਦਾ ਵੀ ਸਿਸਟਮ ਸਾਰਾ ਵਧੀਆ ਟਰੱਕ ਤੇ ਵੇਟਿੰਗ ਨਹੀਂ ਕਰਨੀ ਪੈਂਦੀ ਜਿੱਦਾਂ ਭਾਰੀਆਂ ਸਾਰਿਆਂ ਦੀਆਂ ਹਾਂ ਟਰੱਕ ਬੜੇ ਟਨਵੇਂ ਟਨਾਂ ਦੇ 3-4 ਟਰੱਕ ਹੈ ਜੀ ਕੋਈ ਇਨਸਪੈਕਸ਼ਨ ਵਾਲਾ ਇੱਕ ਬੈਕ ਵਗੈਰਾ ਲਾਉਣ ਵਾਲਾ ਇੱਕ ਰੋਡ ਤੇ ਜਾਣ ਵਾਲਾ ਇੱਥੇ ਕੈਲੀਫੋਰਨੀਆ ਤੋਂ ਕਿਤੇ ਹੋਰ ਆਏ ਲੈਣ ਇੱਥੇ ਕੈਲੀਫੋਰਨੀਆ ਫ੍ਰੈਸ਼ ਨਹੀਂ ਰਹਿੰਦੇ ਆ ਜੀ ਅੱਛਾ ਹਾਂਜੀ ਤੇ ਰਹਿਣ ਦਾ ਵਧੀਆ ਫਿਰ ਤੁਸੀਂ ਤਾਂ ਫਿਰ ਘਰੇ ਚੱਲ ਜਾਂਦੇ ਹੋਣੇ ਹਾਂਜੀ ਹਾਂਜੀ ਇੱਥੇ ਕਿਹੜਾ ਬੰਦਾ ਰਹਿੰਦਾ ਤੁਸੀਂ ਰਹਿੰਦੇ ਇੱਥੇ ਇੱਥੇ ਯਾਰ ਰਹਿੰਦੇ ਅੱਛਾ ਆ ਤੁਸੀਂ ਆ ਜਾਓ ਅੱਗੇ ਪੈਂਦੇ ਆ ਚੱਕਦੇ ਗਾਣਾ ਵੀਰ ਮੈਨੂੰ ਗਾਣਾ ਨਹੀਂ ਆ ਜਿਹੜਾ ਮਰਜ਼ੀ ਚੱਕਦੇ ਕੋਈ ਚੱਕਰ ਨਹੀਂ ਚੱਕਦੇ ਫਟੇ ਨਹੀਂ ਨਾ ਨਹੀਂ ਸੁਖਰਾਜ ਸੁਖਰਾਜ ਹਾਂਜੀ ਤੇ ਹੋਰ ਤੂੰ ਡਰਾਈਵਿੰਗ ਤੁਸੀਂ ਕੀ ਕਰਨੀ ਨਹੀਂ ਮੈਂ ਸਿਖਾਉਣਾ ਇਨਸਪੈਕਸ਼ਨ ਹੈ ਠੀਕ ਠੀਕ ਲਾ ਲੈ ਯਾਰ ਉਹਨੂੰ ਐ ਮਾੜਾ ਮੈਨੂੰ ਤੇ ਅਸੀਂ ਵੈਸੇ ਆਇਆ ਹੋਣਾ ਤੂੰ ਜਵਾਕ ਜਾ ਕੋਈ ਇੱਥੇ ਪੜਦਾ ਪੁੜਦਾ ਤੈਨੂੰ ਆ ਗਿਆ ਪੜਦਾ ਵੀ ਆ ਨਾਲੇ ਅੱਛਾ ਨਾਲ ਸਿਖਾਉਣਾ ਵੀ ਆ ਹਾਂਜੀ ਹਾਂਜੀ ਤੇ ਆਪ ਕਿੱਥੋਂ ਸਿੱਖਿਆ ਆਪ ਮੈਂ ਇੱਥੋਂ ਹੀ ਪਾਈ ਤੂੰ ਅੱਛਾ ਇਹਨਾਂ ਤੋਂ ਸਿੱਖ ਕੇ ਠੀਕ ਹੈ ਠੀਕ ਆ ਇਹਨਾਂ ਨੇ ਇਹ ਇੰਸਟ੍ਰਕਟਰ ਨੇ ਹਾਂਜੀ ਤੇ ਕਿੱਦਾਂ ਸਿਖਾਉਂਦੇ ਫਿਰ ਉਹ ਜਿਵੇਂ ਮਾਸਟਰ ਪੜਾਉਂਦੇ ਉਦੋਂ ਤਾਂ ਨਹੀਂ ਸਿਖਾਉਂਦੇ ਹੁੰਦੇ ਹੱਥ ਡੰਡਾ ਜਿਹਾ ਤਾਂ ਹੁੰਦਾ ਤੁਹਾਡੇ ਹੁੰਦਾ ਹਾਂਜੀ ਹੁੰਦਾ ਤੇ ਉਹ ਕਾਹਦੇ ਵਾਸਤੇ ਹੁੰਦਾ ਉਹ ਸਿਖਾਉਣ ਨੂੰ ਗਿੱਟਿਆਂ ਦੇ ਨਹੀਂ ਮਾਰਦੇ ਨਹੀਂ ਗਿੱਟਿਆਂ ਦੇ ਨਹੀਂ ਗਿੱਟਿਆਂ ਦੇ ਮੈਂ ਮਾਰਦੇ ਡੰਡਾ ਲਿਆ ਜੱਡਾ ਤੁਸੀਂ ਡੰਡੇ ਜੇ ਕੇ ਉੱਡੇ ਇੱਥੇ ਅਸੀਂ ਰੱਖੇ ਨਹੀਂ ਉਹ ਤਾਂ ਛੋਟਾ ਤੁਹਾਡੇ ਆ ਪਤਲਾ ਜਿਹਾ ਹੁੰਦਾ ਕੋਲ ਨਹੀਂ ਬਾਕੀ ਸੱਟ ਜਾਂਦਾ ਲੱਗਦੀ ਥੋੜੀ ਲੋਹੇ ਦਾ ਰੱਖਦੇ ਹੋ ਲੋਹੇ ਦਾ ਯਾਰ ਗੁੱਸਾ ਆ ਜੇ ਕਿਸੇ ਦੇ ਅੱਛਾ ਕਦੇ ਕੋਈ ਹੋਈ ਏਦਾਂ ਕਿਸੇ ਸਟੂਡੈਂਟ ਨੇ ਤੰਗ ਕੀਤਾ ਹੋਵੇ ਯਾਰ ਤੂੰ ਪਹਿਲਾਂ ਮੱਥਾ ਮਾਰੀ ਜਾਂਦੇ ਆ ਤੂੰ ਸਮਝਦਾ ਹੀ ਨਹੀਂ ਹੈਗਾ ਗੱਲ ਨਹੀਂ ਆਉਂਦੇ ਆ ਬਥੇਰੇ ਫਿਰਦੇ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਟਾਈਮ ਲਾ ਦੀਦਾ ਅੱਛਾ ਹਾਂਜੀ ਫਿਰ ਉਹਨਾਂ ਦੇ 15 ਦਿਨਾਂ ਰੈਡੀ ਕਰਕੇ ਭੇਜ ਦੇ ਲਾਇਸੈਂਸ ਮੈਂ ਦਵਾ ਦੀਦਾ ਛੇ ਅੱਛਾ ਵੱਧ ਤੋਂ ਵੱਧ ਕਿਸੇ ਸਟੂਡੈਂਟ ਨੇ ਕਿੰਨਾ ਟਾਈਮ ਲਾਇਆ ਕਿਸੇ ਨੇ ਵੱਧ ਤੋਂ ਵੱਧ 4 ਵੀਕ ਮਹੀਨਾ ਲਾਇਆ ਹੋਵੇ ਕਿਸੇ ਬਸ ਮਹੀਨੇ ਵਿੱਚ ਵੀ ਕੰਮ ਬਣ ਜਾਂਦਾ ਮਹੀਨੇ 'ਚ ਕਰਾ ਦੇਈਦਾ ਵੈਰੀ ਗੁੱਡ ਵੈਰੀ ਪੂਰਾ ਟਾਈਮ ਦੇਈਦਾ ਉਹਨਾਂ ਨੂੰ ਕੱਢੀਦਾ ਹਾਂਜੀ ਫਿਰ ਤੁਹਾਡਾ ਕਿੰਨਾ ਜੀਤਾ ਜੀਤਾ ਮੇਰਾ ਨਾਮ ਜੀਤਾ ਕਿੱਥੋਂ ਵਾਲਾ ਇੱਥੋਂ ਫ੍ਰਿਜਨੋ ਤੋਂ ਹੀ ਹੈ ਜੀ ਫ੍ਰਿਜਨੋ ਤੋਂ ਨਹੀਂ ਪੰਜਾਬ ਤੋਂ ਪੰਜਾਬ ਤੋਂ ਮੰਡਾਲੀ ਆ ਫਗਵਾੜੇ ਲੱਗਦਾ ਜੀਤਾ ਮੰਡਾਲੀ ਵਾਲਾ ਹਾਂਜੀ ਜੀਤਾ ਮੰਡਾਲੀ ਵਾਲਾ ਤੇ ਚਲੋ ਠੀਕ ਹੈ ਹਾਂਜੀ ਮੰਡਾਲੀ ਦਾ ਬਾਬਾ ਵੀ ਮਸ਼ਹੂਰ ਹਾਂਜੀ ਹਾਂਜੀ ਭਾਈ ਤੁਹਾਡਾ ਨਾਮ ਦਲਜੀਤ ਪੱਤਰ ਜੀ ਅੱਛਾ ਇੱਥੇ ਰਹਿੰਦੇ ਹੋ ਹਾਂਜੀ ਤੇ ਵਧੀਆ ਅੰਦਰ ਰਹਿਣ ਰੂਣ ਦਾ ਦੱਸਦੇ ਬਹੁਤ ਸੋਹਣਾ ਖਾਣ ਬਹੁਤ ਵਧੀਆ ਸਾਰਾ ਰਹਿਣ ਰੂਣ ਬਹੁਤ ਵਧੀਆ ਆ ਸਾਰਾ ਕੁਝ ਬੈੱਡ ਬੁੱਡ ਵਧੀਆ ਬਿਸਤਰੇ ਵਧੀਆ ਦਿੱਤੇ ਹੋਏ ਹਾਂਜੀ ਤੇ ਸਾਰਾ ਬਹੁਤ ਵਧੀਆ ਹਾਂਜੀ ਰੋਟੀ ਪਾਣੀ ਵਧੀਆ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਇੱਥੇ ਫ੍ਰੀ ਨੂੰ ਹੀ ਰਹਿੰਦਾ ਫ੍ਰੀ ਨੂੰ ਰਹਿੰਦੇ ਹਾਂਜੀ ਚਲੋ ਵਧੀਆ ਫੇਰ ਹਾਂਜੀ ਤੇ ਕਿਦਾਂ ਕਬੱਡੀ ਕਬੱਡੀ ਖੇਡਦੇ ਨਾਲ ਕੋਈ ਪ੍ਰਵਾਨੀ ਨਹੀਂ ਕਬੱਡੀ ਖੇਡਦਾ ਤੇ ਜਦੋਂ ਹੁਣ ਟਰੱਕ ਤੇ ਜਾਓਗੇ ਤਾਂ ਉੱਥੇ ਤਾਂ ਕਬੱਡੀ ਵਾਲਿਆਂ ਨੂੰ ਤਾਂ ਜਦੋਂ ਬੈਠਣਾ ਪੈ ਜਾਏ ਜ਼ਿਆਦਾ ਦੇਰ ਤੋਂ ਵੈਸੇ ਹੀ ਗੋਲ ਜੇ ਹੋ ਜਾਂਦੇ ਤੁਸੀਂ ਵੈਸੇ ਪਹਿਲਾਂ ਸੇ ਠੀਕ ਹਾਂਜੀ ਉਸ ਹਿਸਾਬ ਨਾਲ ਚਲਾ ਲਾਂਗੇ ਲੋਕਲ ਚਲਾ ਲਾਂਗੇ ਵਧੀਆ ਜੀ ਅੱਛਾ ਅੱਛਾ ਹਾਂਜੀ ਲੋਕਲ ਦੇ ਨਾਲ ਮਿਹਨਤ ਵੀ ਲਾ ਸਕਦੇ ਆ ਨਾਲ ਨਾਲ ਜਿਮ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਜੀ ਮੈਂ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਹਾਂਜੀ ਤੁਸੀਂ ਵੀ ਟਰੱਕ ਹਾਂਜੀ ਟਰੱਕ ਦੇ ਹਾਂਜੀ ਟਰੱਕ ਦੇ ਵਧੀਆ ਇੱਥੇ ਇਹਨਾਂ ਦਾ ਕੰਮ ਕਰ ਸਾਰਾ ਇੱਕੋ ਜਗ੍ਹਾ ਸਰ ਜਾਂਦਾ ਵਧੀਆ ਜੀ ਰਹਿਣ ਸਹਿਣ ਦਾ ਵਧੀਆ ਡਰਾਈਵਿੰਗ ਸਿੱਖਣ ਤੋਂ ਲੈ ਕੇ ਮੁੜ ਕੇ ਠੀਕ ਠੂਕ ਕਰਾਉਣਾ ਕੁਝ ਕਰਾਉਣਾ ਹਾਂਜੀ ਬਾਡੀ ਸ਼ਾਪ ਰਿਪੇਅਰ ਕਰਾਉਣੀ ਹਾਂਜੀ ਸਭ ਕੁਝ ਬਹੁਤ ਵਧੀਆ ਸਿਸਟਮ ਹੈ ਜੀ ਤੁਸੀਂ ਵੀ ਲੱਗਦਾ ਪੇਪਰ ਦੇਣੇ ਆ ਸੱਚੀ ਗੱਲ ਹਾਂਜੀ ਮੈਂ ਬਲਵਿੰਦਰ ਸਿੰਘ ਅੱਛਾ ਜੀ ਕਰਦੇ ਤੁਸੀਂ ਤਿਆਰੀ ਤੇ ਕਰ ਰਹੇ ਹੋ ਨਹੀਂ ਤਿਆਰੀ ਮੈਂ ਤਾਂ ਟਰੱਕ ਲੈ ਰਿਹਾ ਮੈਂ ਡਰਾਈਵਰੀ ਕਰਦਾ ਟਰੱਕ ਲੈ ਰਹੇ ਹੋ ਆਪਣਾ ਹਾਂ ਤੁਹਾਨੂੰ ਪਾਰਟੀ ਫਿਰ ਓਕੇ ਪਕੌੜਸ ਦੀ ਪਾਰਟੀ ਪੱਕੀ ਜੀ ਪੱਕੀ ਠੀਕ ਹੈ ਜੀ ਬੱਲੇ 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 ਇਹ ਬਾਈ ਜੀ ਆ ਕਿੱਧਰ ਟੈਚੀ ਚੱਕਿਆ ਇਹ ਲਾਇਸੈਂਸ ਲੈਣ ਆਏ ਸੀ ਟਰੱਕ ਦੇ ਅੱਛਾ ਹੁਣੇ ਹੀ ਆਏ ਹੋ ਏਅਰਪੋਰਟ ਤੋਂ ਹਾਂਜੀ ਹਾਂਜੀ ਹੁਣੇ ਹੀ ਉਤਰ ਕੇ ਆਏ ਏਅਰਪੋਰਟ ਤੋਂ ਚੱਕ ਕੇ ਲਿਆ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਅੱਛਾ ਇਹ ਵੀ ਵਧੀਆ ਕੰਮ ਆ ਕੋਈ ਬੰਦਾ ਬਾਹਰੋਂ ਆਉਂਦਾ ਹੈ ਕਿੱਥੋਂ ਆ ਨਿਊਯਾਰਕ ਤੋਂ ਹਾਂਜੀ ਹਾਂਜੀ ਨਿਊਯਾਰਕ ਕਮਾਲ ਆ ਨਿਊਯਾਰਕ ਤੋਂ
ਇੱਥੇ ਸਾਰਾ ਜਿਹੜਾ ਇਹਨਾਂ ਦਾ ਹੈਗਾ ਇੰਨਾ ਕੰਮਕਾਰ ਅਤੇ ਨਾਲ ਯੋਗਾ ਸਿੰਘ ਜੀ ਪੂਰਾ ਦੇਖਦੇ ਨੇ ਅਤੇ ਇਹਨਾਂ ਨਾਲ ਵੀ ਗੱਲਬਾਤ ਹੈ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਪੰਜਾਬ ਪੁਲਿਸ ਤੁਹਾਡਾ ਸਵਾਗਤ ਹੈ ਜੀ ਥਾਣੇ 'ਚ। ਥੈਂਕ ਯੂ ਜੀ, ਥੈਂਕ ਯੂ। ਅਤੇ ਕਾਫੀ ਦੇਰ ਹੋ ਗਈ ਸਾਰੇ ਕੰਮ ਕਰਨ ਨੂੰ, ਇੱਕ ਦੋ ਤਿੰਨ ਚਾਰ ਕਿੰਨੇ ਕੰਮ ਨੇ ਇੱਥੇ? ਇੱਥੇ ਜੀ ਆਪਣੇ ਕੋਲ ਟਰੱਕ ਡਰਾਈਵਿੰਗ ਸਕੂਲ ਆ, ਰਿਪੇਅਰ ਦਾ ਆ, ਪਾਰਕਿੰਗ ਵੀ ਆ, ਇੱਥੇ ਟਰੱਕਾਂ ਦੀ ਡਿਸਪੈਚ ਵੀ ਕਰਦੇ ਹਾਂ ਅਤੇ ਅਲਾਈਨਮੈਂਟ ਦਾ ਸਾਡਾ ਹੈਗਾ ਕਾਫੀ ਮੇਨ ਕੰਮ, ਬੋਡੀ ਸ਼ੋਪ ਟਰੱਕਾਂ ਟ੍ਰੇਲਰਾਂ ਦਾ, ਸਾਰੇ ਤਰ੍ਹਾਂ ਦਾ ਤਕਰੀਬਨ ਟਰੱਕਾਂ ਦਾ ਸਾਰਾ ਕੁਛ ਹੀ ਕਰੀਦਾ ਆ, ਹੋਲਸੇਲ ਟਾਇਰਾਂ ਦਾ ਸਾਰਾ ਕੁਛ। ਕਿੰਨੇ ਕਿੱਲੇ ਹੋਣੇ ਇਹ? ਹਾਂਜੀ, ਇਹ 6 ਕਿੱਲੇ ਜਗ੍ਹਾ ਹੈ ਆਪਣੇ ਕੋਲ ਇੱਥੇ। ਹਾਂਜੀ ਹਾਂਜੀ। ਇਹ ਫਿਰ ਪਹਿਲਾਂ ਹੋਰ ਕੰਮ ਕਰਦੇ ਕਿ ਸ਼ੁਰੂ ਤੋਂ ਇੱਧਰ ਹੀ ਡਰਾਈਵਿੰਗ ਸਕੂਲ ਜਾਂ ਟਰੱਕਾਂ ਵਾਲੇ ਪਾਸੇ? ਇਹ ਜੀ ਮੈਂ ਟਰੱਕ ਚਲਾਇਆ 10-12 ਸਾਲ ਪਹਿਲਾਂ, ਮਿਹਨਤ ਕਰਕੇ ਫਿਰ ਹੁਣ 2012 ਤੋਂ ਇਹ ਮਹਾਰਾਜ ਨੇ ਕੀਤੀ ਕਿਰਪਾ ਬਣ ਗਿਆ ਯਾਰਡ ਅਤੇ ਹੁਣ ਇੱਥੇ ਬਸ। ਮੈਨੂੰ ਭੇਜੋ ਕਿਸੇ ਨੂੰ, ਮੈਂ ਜਿੱਤਣ ਲਾਇਆ ਕਿਉਂ ਲਾਇਆ, ਮੈਂ ਮਾਰਿਆ ਵਾ ਗੇੜਾ ਜਿਹੜਾ ਅਲਾਈਨਮੈਂਟ ਵਾਲੇ ਪਾਸੇ, ਰਿਪੇਅਰ ਵਾਲੇ ਪਾਸੇ ਸਾਰੇ। ਠੀਕ ਹੈ ਭੇਜਦਾ ਮੈਂ ਮੁੰਡੇ ਨੂੰ। ਲਓ ਵੀ ਜੀਤਾ ਐਨ ਬਣੀ, ਅੱਜ ਤੁਸੀਂ ਮੇਰੇ ਨਾਲ ਘੁੰਮੋ ਧੁੱਪ ਦੇ ਵਿੱਚ, ਠੀਕ ਹੈ? ਹਾਂਜੀ ਹਾਂਜੀ, ਜ਼ਰੂਰ ਜੀ। ਔਰ ਪਤਾ ਨਹੀਂ ਲੱਗਦਾ? ਨਾ ਸਹੀ ਹੈ ਯਾਰ, ਜਵਾਨ ਮੁੰਡੇ ਆ, ਕੀ ਫਰਕ ਪੈਣਾ? ਰਹਿ ਕੇ ਧੁੱਪ ਦੇ ਕਿੱਥੇ ਵਾ। ਅੱਛਾ, ਤੇ ਇੱਥੇ ਕਾਹਦਾ ਕੰਮ ਕਾਰ ਹੈਗਾ ਆਪਣਾ? ਇੱਥੇ ਜੀ ਆਪਣਾ ਇੰਜਣਾਂ ਦਾ ਕੰਮ ਹੁੰਦਾ, ਇਹ ਟੋਨਾ ਭਾਜੀ ਕਰਦੇ ਆ ਅਤੇ ਨਾਲੇ ਅਲਾਈਨਮੈਂਟ ਦਾ ਕੰਮ ਅੰਗਰੇਜ਼ ਅੰਕਲ ਕਰਦੇ ਆ। ਅੱਛਾ, ਅੰਗਰੇਜ਼ ਅੰਕਲ, ਅੰਕਲ ਅੰਗਰੇਜ਼ ਆ ਕਿ ਅੰਗਰੇਜ਼ ਅੰਕਲ ਹੈ? ਨਾਲੇ ਅੰਕਲ, ਨਾਮ ਅੰਕਲ ਅੰਗਰੇਜ਼ ਆ। ਨਹੀਂ ਹੈਗੇ ਤਾਂ ਨਹੀਂ ਅੰਗਰੇਜ਼? ਨਹੀਂ ਹੈਗੇ, ਆਪਾਂ ਪੰਜਾਬੀ ਹੈ। ਫੇਰ ਠੀਕ ਹੈ, ਨਹੀਂ ਮੈਂ ਕਿਹਾ ਔਖਾ ਹੋਣਾ ਮੈਨੂੰ ਅੰਗਰੇਜ਼ੀ ਥੋੜ੍ਹੀ ਮੁੱਕ ਜਾਂਦੀ ਛੇਤੀ। ਅੱਛਾ, ਇਹ ਹੈ ਟੋਨਾ ਸਾਹਿਬ। ਹਾਂਜੀ, ਟੋਨਾ ਲਾ ਕੇ ਦੇਖਾਂ ਪਹਿਲਾਂ ਟੋਨਾ। ਠੀਕ ਹੈ ਭਾਈ, ਟੂਣਾ ਨਹੀਂ ਲਾਈਦਾ ਪਤੰਗ ਨੂੰ, ਟੋਣਾ ਟੰਗ ਉਹ ਟੋਣਾ ਆ ਕਿ ਜਿਹੜਾ ਟੂਣਾ ਹੁੰਦਾ? ਮੇਰਾ ਬਲਜੀਤ ਸਿੰਘ ਟੋਣਾ। ਬਲਜੀਤ ਸਿੰਘ ਟੋਣਾ, ਨਹੀਂ ਨਹੀਂ, ਇੱਕ ਤਾਂ ਟੂਣਾ ਹੁੰਦਾ ਜਿਹੜਾ ਆਪਾਂ ਕਰਦੇ ਪਿੰਡਾਂ ਦੇ ਵਿੱਚ ਰਸਤੇ 'ਚ ਕੀਤਾ ਹੁੰਦਾ ਟੂਣਾ, ਨਾਲ ਨਾਰੀਅਲ ਰੱਖਿਆ, ਨਾਲ ਹਲਦੀ ਪਈ ਹੁੰਦੀ, ਉਹਦਾ ਨਹੀਂ ਹੈ? ਨਹੀਂ ਨਹੀਂ, ਉਹ ਨਹੀਂ ਜੀ। ਮੈਂ ਕਿਹਾ ਉਹ ਤੋਂ ਮੈਨੂੰ ਬਹੁਤ ਡਰ ਲੱਗਦਾ। ਹਾਂਜੀ, ਵੈਸੇ ਮੈਂ ਕਈ ਵਾਰੀ ਟੂਣਾ ਟੱਪਿਆ, ਮੈਨੂੰ ਬੁਖਾਰ ਹੋ ਜਾਂਦਾ ਫਿਰ। ਅੱਛਾ ਜੀ, ਇਸ ਕਰਕੇ ਆਪਾਂ ਹੁਣ ਬਰਾਬਰ ਆਪਾਂ ਟੂਣਾ ਸਹੀ ਕਰਨ ਵਾਲੇ ਹਾਂ। ਟੂਣਾ ਸਹੀ ਕਰਨ ਵਾਲੇ ਹਾਂ। ਹਾਂਜੀ, ਅਤੇ ਟੂਣਾ ਸਾਹਿਬ ਕਿਹੜਾ ਏਰੀਆ ਪੰਜਾਬ ਤੋਂ? ਮੈਂ ਰਾਜਸਥਾਨ ਗੰਗਾ ਨਗਰ। ਵਾਹ, ਪਿੰਡ ਕੋਨੀ। ਤੇ ਇੱਥੇ ਇੰਜਣਾਂ ਦਾ ਕੰਮ ਕਰਦੇ? ਇੰਜਣਾਂ ਦਾ ਕੰਮ ਕਰਦੇ ਹਾਂ ਜੀ। ਸੌਖਾ ਹੋਏ ਨਾ ਇੰਜਣ ਤੇ ਕਿੜਕੜੇ ਹੁੰਦੇ, ਕਿੱਦਾਂ ਕਰ ਲੈਂਦੇ ਇਕੱਲੇ? ਸੌਖਾ ਤਾਂ ਨਹੀਂਗਾ, ਪਰ ਵੈਸੇ ਲਾਈਦਾ ਆਪਦੇ ਦਿਮਾਗ ਦੇ ਹਿਸਾਬ ਦੇ ਨਾਲ ਕਰੀ ਜਾਂਦਾ। ਅੱਛਾ, ਹਾਂਜੀ, ਨਹੀਂ ਜਿੱਦਾਂ ਬਾਕੀ ਟੈਕਨੋਲੋਜੀ ਵਧੀਆ ਇੱਥੇ, ਪਾਰਟਸ ਵਗੈਰਾ ਵਧੀਆ, ਸਾਰਾ ਕੁਛ ਸਾਰਾ ਸੌਖਾ ਕੰਮ, ਮੱਥਾ ਨਹੀਂ ਮਾਰਨਾ ਪੈਂਦਾ ਬਾਲਾ? ਨਹੀਂ, ਮੱਥਾ ਤਾਂ ਹੈਗਾ ਪਰ ਦਿਮਾਗ ਵੀ ਲਾਉਣਾ ਪੈਂਦਾ। ਠੀਕ ਹੈ, ਹਾਂਜੀ, ਤੇ ਇਹ ਇੱਥੇ ਫਿਰ ਸਾਰਾ ਇੰਜਣਾਂ ਦਾ ਕੰਮ? ਇੱਥੇ ਇੰਜਣਾਂ ਦਾ ਕੰਮ ਕਰੀਦਾ ਆਪਾਂ ਸਾਰੇ ਦਾ। ਹਾਂਜੀ, ਵਾਹਵਾ ਪੈਸੇ ਲੱਗ ਜਾਂਦੇ ਹੋਣੇ? ਪੈਸੇ ਲੱਗ ਹੀ ਜਾਂਦੇ, $25,000। ਅੱਛਾ, ਨਹੀਂ ਜਿੱਦਾਂ ਹੁਣ ਇੰਡੀਆ ਦੇ ਵਿੱਚ ਮਿਸਤਰੀ ਬਦਲ ਦਿੰਦੇ ਸਮਾਨ ਨੂੰ, ਉਦਾਂ ਨਹੀਂ ਇੱਧਰ ਚੱਲਦਾ ਕੰਮ? ਨਹੀਂ ਨਹੀਂ, ਉਹ ਕੰਮ ਨਹੀਂ ਆਪਾਂ ਕਰਦੇ, ਉਹ ਨਹੀਂ ਕਰਦੇ, ਇੱਥੇ ਚੱਲਦਾ ਹੀ ਨਹੀਂ ਇੱਥੇ, ਇੱਥੇ ਚੱਲਦਾ ਹੀ ਨਹੀਂਗਾ। ਕਿੱਥੇ ਨੇ ਆਪਣੇ ਅੰਗਰੇਜ਼ ਅੰਕਲ ਕਿਹੜੇ ਨੇ? ਅੰਗਰੇਜ਼ ਅੰਕਲ ਜੀ, ਉਹ ਹੋਰੇ ਪਿੱਛੇ ਲੈ, ਇੱਧਰ ਆਓ ਅੰਗਰੇਜ਼ ਜੀ, ਇੱਧਰ ਆਓ। ਆ ਜਾਓ ਭਾਜੀ, ਡਰਦੇ ਕਾਹਦਾ ਤੁਸੀਂ ਪੁਲਿਸ ਕੋਲੋਂ? ਪੰਜਾਬ ਪੁਲਿਸ ਤੋਂ ਡਰਨਾ ਤੁਸੀਂ ਨਹੀਂ, ਤੁਸੀਂ ਆ ਜਾਓ ਉਰੇ ਨੂੰ ਆ ਜਾਓ, ਤੁਸੀਂ ਅੰਗਰੇਜ਼ ਹੋ ਕਿ ਅੰਕਲ ਹੋ? ਮੈਂ ਦੋਨੇ ਕੁਛ ਹੀ ਹਾਂ। ਨਹੀਂ, ਮੈਂ ਤਾਂ ਡਰ ਗਿਆ ਸੀ, ਮੈਂ ਕਿਤੇ ਅੰਗਰੇਜ਼ ਨਾਲ ਮੈਨੂੰ ਅੰਗਰੇਜ਼ੀ ਬੋਲਣੀ ਪੈਣੀ ਹੈ, ਤੁਸੀਂ ਤਾਂ ਪੰਜਾਬੀ ਬੋਲੀ ਜਾਣੀ। ਕਿਹੜਾ ਪਿੰਡ ਆ ਤੁਹਾਨੂੰ? ਪਿੰਡ ਖੋਜੇ ਵਾਲਾ। ਅੱਛਾ, ਅਲਾਈਨਮੈਂਟ ਜਿਹੜੀ ਤੁਸੀਂ ਟਰੱਕਾਂ ਦੀ ਕਰਦੇ, ਅਲਾਈਨਮੈਂਟ ਕੀ ਹੁੰਦੀ ਹੈ? ਅਲਾਈਨਮੈਂਟ ਹੁੰਦੀ ਹੈ ਕਿ ਵੀਲ ਬੈਲੈਂਸਿੰਗ, ਦੋ ਚੀਜ਼ਾਂ ਅਲੱਗ ਅਲੱਗ ਹੁੰਦੀਆਂ ਨਾ? ਦੋ ਚੀਜ਼ਾਂ ਅਲੱਗ ਅਲੱਗ, ਤੁਸੀਂ ਅਲਾਈਨਮੈਂਟ ਕਰਦੇ ਹੋ? ਹਾਂਜੀ, ਅਲਾਈਨਮੈਂਟ ਕਰਦੇ ਹਾਂ। ਅੱਛਾ, ਤੇ ਵਧੀਆ ਕੰਮ ਇੱਥੇ ਅਲਾਈਨਮੈਂਟ ਦਾ ਪੂਰਾ? ਨਹੀਂ, ਬਹੁਤ ਵਧੀਆ ਹਾਂ। ਕਦੇ ਹੋਇਆ ਇੱਦਾਂ ਵੀ ਸਹੀ ਨਾ ਹੋਵੇ, ਗਾਹਕ ਨੇ ਕਿਹਾ ਹੋਵੇ ਯਾਰ ਸਹੀ ਹੋਈ ਨਹੀਂ, ਹਜੇ ਖਿੱਚਦੀ ਹੈ ਸੱਜੇ ਪਾਸੇ ਨੂੰ? ਨਹੀਂ ਨਹੀਂ, ਪਹਿਲੀ ਵਾਰ ਸਹੀ ਕਰਕੇ ਦੇਤੀ। ਲੈ ਬਹਿ ਜਾ, ਬਹਿ ਜਾ ਕਰਦੇ। ਬਹਿ ਜਾ, ਬਹਿ ਜਾ, ਚਲੋ ਥੈਂਕ ਯੂ ਜੀ, ਅਸੀਂ ਮਾਰ ਲਈਏ ਗੇੜਾ ਹੋਰ ਚੜਾ ਜੇ। ਕੰਪਨੀ ਦਾ ਕੰਮ ਤਿਆਰ ਕਰਦੀ ਆ, ਜਮਾ ਕੰਪਨੀ ਤਰ੍ਹਾਂ ਹੀ। ਅੱਛਾ, ਬ੍ਰੈਂਡ ਨਿਊ ਤਿਆਰ ਕਰਦੀ ਆ ਟ੍ਰੇਲਰ? ਠੀਕ ਹੈ, ਹਾਂਜੀ, ਸਾਰੇ ਟ੍ਰੇਲਰ ਰਿਪੇਅਰ ਕਰਨੇ ਪੂਰੇ? ਹਾਂਜੀ ਹਾਂਜੀ, ਪੂਰਾ। ਕਿਸ ਤਰ੍ਹਾਂ ਦਾ ਵੀ ਹੁਣ ਇਹਨੂੰ ਕੀ ਰੋਕਸ ਪਿਆ? ਇਹਦਾ ਫਰੇਮ ਪਿੰਗਾ ਹੋ ਗਿਆ ਜੀ। ਅੱਛਾ, ਸਿੱਧਾ ਕਰ ਦੋਗੇ? ਹਾਂਜੀ ਹਾਂਜੀ। ਕਿੱਦਾਂ ਕਰੋਗੇ ਸਿੱਧਾ? ਫਰੇਮ ਬਸ ਮਕੈਨਿਕ ਹੀ ਹੈ, ਤੁਹਾਨੂੰ ਪਤਾ ਹੀ ਹੈ। ਨਹੀਂ, ਫਰੇਮ ਸਿੱਧੇ ਕਰਦੇ ਕਰਦੇ ਕਦੇ ਆਪ ਤਾਂ ਨਹੀਂ ਵਿੰਗੇ ਹੋਏ? ਨਹੀਂ 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 ਨਹੀਂ, ਕੋਈ ਨਹੀਂ, ਮਤਲਬ ਪਰਮਾਤਮਾ ਨਾ ਕਰੇ ਕਦੇ। ਹਾਂਜੀ, ਕੋਈ ਰਿਪੇਅਰ ਦੇ ਵਿੱਚ ਕੋਈ ਮਾੜੀ ਮੋਟੀ ਲੱਗ ਜਾਂਦੀ? ਸੇਫਟੀ ਨਾਲ ਕੰਮ ਕਰੀਦਾ ਜੀ। ਅੱਛਾ, ਸੇਫਟੀ ਨਾਲ ਕੰਮ ਕਰਦੇ? ਅੱਜ ਤੱਕ ਤਾਂ 14 ਸਾਲ ਹੋ ਗਏ, ਕਦੇ ਸੱਟ ਤੱਕ ਨਹੀਂ ਵੱਜੀ ਜੀ। ਅੱਛਾ, ਹਾਂਜੀ, ਮਹਾਰਾਜ ਵਧੀਆ, ਇਹਦਾ ਕੰਮ ਇੱਦਾਂ ਹੀ ਚਾਹੀਦਾ। ਹਾਂਜੀ, ਚੰਗਾ ਹੀ ਕੰਮ ਚਾਹੀਦਾ। ਠੀਕ ਹੈ ਜੀ, ਹੋਰ ਸੁਣਾਓ? ਠੀਕ ਹੈ ਬਾਈ ਜੀ, ਵਧੀਆ। ਚਾਹ ਪਾਣੀ? ਬਸ ਤੁਸੀਂ ਦੱਸੋ। ਨਹੀਂ ਨਹੀਂ, ਮੈਂ ਹੀ ਪੁੱਛਿਆ, ਆਪਣੇ ਵਾਸਤੇ ਪੁੱਛਿਆ ਮੈਂ। ਤਿਆਰ ਆ, ਚਾਹ ਪਾਣੀ ਬਣ ਰਹੀ ਹੈ। ਠੀਕ ਹੈ, ਕਰ ਲਓ ਕੰਮ। ਓਕੇ, ਬੱਲੇ ਬੱਲੇ ਬੱਲੇ, ਵਾਹ, ਹੈ ਹੈ, ਕੈਸੀ ਗੱਲ ਹੈ, ਰੰਗ ਐਂ ਕਰਾਇਆ ਜਿਵੇਂ ਬੁੱਲਾਂ ਨੂੰ ਸੁਰਖੀ ਲਾਈ ਹੁੰਦੀ ਹੈ ਲਿਪਸਟਿਕ। ਚਲੋ ਜੀ, ਆਪੋ ਆਪਣੀ ਪਸੰਦ ਹੁੰਦੀ, ਸੋਹਣਾ ਰੰਗ ਕਰਾਇਆ ਇਹਨੇ, ਲੌਕ ਲਾ ਕੇ ਖੜਾਇਆ ਇਹਨਾਂ ਨੇ, ਵਿੱਚੋਂ ਕੋਈ ਚੋਰੀ ਨਾ ਕਰ ਲਵੇ।
ਬਸ ਸ਼ੌਂਕ ਨੂੰ ਹੀ। ਅੱਛਾ, ਹਾਂਜੀ, ਨਾਮ ਕੀ ਹੈ? ਮੇਰਾ ਨਾਮ ਗਗਨ ਸੰਧੂ ਆ ਜੀ। ਅਤੇ ਤੁਸੀਂ? ਸੰਦੀਪ ਸਿੰਘ ਜੀ। ਅੱਛਾ, ਫਿਰ ਇੱਥੇ ਲਾਇਸੈਂਸ ਲੈਣਾ ਹੈ ਇੱਥੇ? ਅਸੀਂ ਭਾਈ 2 ਕੁ ਸਾਲ ਪਹਿਲਾਂ ਇੱਥੋਂ ਲਾਇਸੈਂਸ ਲਿਆ ਸੀ ਅਤੇ ਉਦੋਂ ਬਾਅਦ ਫਿਰ ਕੰਮ ਕੀਤਾ ਸਾਲ ਕੁ ਡੇਢ ਅਤੇ ਹੁਣ 5-6 ਮਹੀਨੇ ਹੋ ਗਏ ਨੇ। ਕੈਸ਼ ਹੀ ਆਪਣਾ ਟਰੱਕ ਟ੍ਰੇਲਾ ਲਿਆ ਹੋਇਆ ਵਾ ਅਤੇ ਆ ਬਾਈ ਕੋਲ 8-10 ਟਰੱਕ ਨੇ ਆਪਣੇ। ਵੈਰੀ ਗੁੱਡ। ਅਤੇ ਆਪਦੀ 2 ਕੰਪਨੀਆਂ ਹੀ ਖੋਲੀਆਂ ਹੋਈਆਂ ਨੇ। ਥੋੜ੍ਹੀ ਦੇਰ ਹੋਈ? 6 ਕੁ ਮਹੀਨੇ ਹੋ ਗਿਆ ਭਾਅ ਜੀ। ਪਾਰਟੀ ਪੂਰੀ ਤਾਂ ਬਣਦੀ ਪੁਲਿਸ ਦੀ ਫਿਰ? ਮੈਂ ਕਹਿੰਦਾ ਜੀ ਚੱਕਰ ਹੀ ਨਹੀਂ ਕੋਈ। ਚਲੋ ਥੈਂਕ ਯੂ ਬਹੁਤ। ਮੋਟਰ 'ਤੇ ਆ ਜਾਇਓ ਜੀ, ਮੋਟਰ 'ਤੇ। ਮੋਟਰ 'ਤੇ ਕਰਾਂਗੇ ਜੀ ਪਾਰਟੀ। ਵਧੀਆ ਵਧੀਆ ਸਿਖਾਉਂਦੇ ਨਾ ਕੰਮ? ਹਾਂ, ਬੜਾ ਵਧੀਆ ਕੰਮ ਸਿਖਾਉਂਦੇ ਆ। ਠੀਕ ਹੈ। ਲਓ ਜੀ, ਇੱਧਰ ਲੱਗਦਾ ਰਿਪੇਅਰ ਹੁੰਦੀ ਆ। ਵੈਸੇ ਕਮਾਲ ਕੀਤੀ ਪਈ ਆ ਰੰਧਾਵਾ ਸਾਹਿਬ ਨੇ ਅਤੇ ਜੋਗਾ ਸਿੰਘ ਜੀ ਨੇ। ਬਾਇਆ ਬਾਇਆ ਕਰਾਈ ਭਾਈ ਇੱਥੇ ਪੂਰਾ 6 ਏਕੜ ਦੇ ਵਿੱਚ। ਹਾਂਜੀ ਬਾਈ ਜੀ, ਕੀ ਹਾਲ ਚਾਲ ਹੈ? ਵਧੀਆ ਬਾਈ ਜੀ। ਕੀ ਨਾਮ ਹੈ? ਹਰਪਾਲ ਸਿੰਘ। ਹਰਪਾਲ ਸਿੰਘ ਜੀ, ਇੱਥੇ ਰਿਪੇਅਰ ਚੱਲਦੀ ਫਿਰ ਆਪਣੀ? ਹਾਂਜੀ ਪੂਰੀ ਵਧੀਆ ਜੀ, ਕਿਸੇ ਵੀ ਤਰ੍ਹਾਂ ਦੀ ਸਾਰੀ ਟਰੱਕਾਂ ਦੀ? ਹਾਂਜੀ। ਬਹਿਜਾ ਬਹਿਜਾ ਕਰਾਈ ਪਈ? ਹਾਂਜੀ ਹਾਂਜੀ। ਅਤੇ ਤੁਸੀਂ ਕਿੰਨੀ ਦੇਰ ਤੋਂ ਕਰਦੇ ਕੰਮ? ਮੈਂ ਭਾਈ ਜੀ 1 ਸਾਲ ਤੋਂ ਕਰ ਰਿਹਾ ਸੀ ਕੰਮ। ਹਾਂ ਬਾਈ, ਤੁਸੀਂ ਉੱਥੇ ਪਹਿਲਾਂ ਵੀ ਸੀਗੇ ਤਾਂ ਤੁਹਾਡੀ ਗੱਲ ਰਹਿ ਗਈ ਸੀ ਹੁਣ? ਹਾਂਜੀ, ਉਹ ਆਪਣੇ ਸਰਵਿਸ ਕਰਨ ਆਇਆ ਸੀਗਾ ਟਰੱਕ ਇੱਥੇ। ਅੱਛਾ। ਅਤੇ ਆਪਣੇ ਵਧੀਆ ਕੰਮ ਕਾਰ ਵਧੀਆ ਠੀਕ ਆ। ਇੱਥੋਂ ਹੀ ਲਾਇਸੈਂਸ ਲਿਆ ਸੀ, ਇੱਥੇ ਹੀ ਆਪਣੇ ਟਰੱਕ ਪਾਰਕ ਹੁੰਦੇ ਆ, ਇੱਥੇ ਹੀ ਸਰਵਿਸ, ਆਇਲ ਚੇਂਜ, ਐਵਰੀਥਿੰਗ ਇੱਥੇ ਹੀ ਕਰਾਈਦਾ। ਵਧੀਆ ਮਤਲਬ 2 ਸਾਲ ਪਹਿਲਾਂ ਲਿਆ ਲਾਇਸੈਂਸ? ਹਾਂ, 2 ਸਾਲ ਪਹਿਲਾਂ ਮੈਂ ਲਿਆ ਸੀਗਾ ਅਤੇ ਮੁੜ ਕੇ ਸਾਲ ਕੁ ਚਲਾਇਆ। ਹੁਣ ਮੇਰੇ ਆਪਣੇ 10 ਕੁ ਟਰੱਕ ਆ। 10 ਟਰੱਕ? ਹਾਂਜੀ। ਇਹ 86 10 ਟਰੱਕ ਕਿਵੇਂ ਬਣਾ ਲਏ ਭਾਈ? ਆਪਣਾ ਕ੍ਰੈਡਿਟ ਚੰਗਾ ਹੈ, ਵਧੀਆ ਆ। ਅੱਛਾ। ਉਹਦਾ ਕਰਕੇ ਤੇ ਆਪਣੇ ਲੋਨ ਵਧੀਆ ਹੋ ਜਾਂਦੇ ਆ ਮਿਹਨਤ। ਹਾਂਜੀ, ਕਮਾਲ ਦੀ ਗੱਲ ਆ। ਤਾਂ ਜਮਾਂ ਹੀ ਇੰਡੀਆ ਵਾਲਾ ਕੰਮ ਹੋ ਗਿਆ। ਇੰਡੀਆ ਜਾਇਆ ਕਰਦੇ ਹੁੰਦੇ ਟਰੱਕਾਂ ਵਾਲੇ, ਟੈਕਸੀਆਂ ਵਾਲੇ ਤੁਰੇ ਤੁਰੇ ਜਾਂਦੇ, ਹੱਥ 'ਚ 10 ਰੁਪਏ ਫੜਾ ਦਿੰਦੇ, ਇਹਨੇ $10 ਦੇ ਉੱਤੇ। ਚਲੋ ਬੋੜੀ ਹੋ ਗਈ। ਬੱਲੇ ਬੱਲੇ ਬੱਲੇ, ਬਹਿਜਾ ਬਹਿਜਾ ਕਰਾਈ ਪਈ ਜੀ, ਦਫ਼ਤਰ ਵੀ ਪੂਰਾ। ਹਾਂਜੀ, ਜੋਗਾ ਸਿੰਘ ਜੀ ਕਿੱਦਾਂ ਖੜੇ ਹੋ? ਹਾਂਜੀ ਹਾਂਜੀ, ਠੀਕ ਆ ਤੁਸੀਂ? ਅਤੇ ਮੈਂ ਸੋਚਿਆ ਵੀ ਸ਼ਾਇਦ ਮੈਂ ਕਿਤੇ ਮੈਨੂੰ ਪੁਲਿਸ ਨੂੰ ਦੇਖ ਕੇ ਆਸੇ ਪਾਸੇ ਨਹੀਂ ਹੋਗੇ ਤੁਸੀਂ? ਨਹੀਂ ਨਹੀਂ, ਮੈਂ ਲੁਕਦਾ ਨਹੀਂ ਪੁਲਿਸ ਵੱਲ ਨੂੰ ਦੇਖ ਕੇ। ਪੰਜਾਬ 'ਚ ਲੁਕ ਜਾਂਦਾ ਹੁੰਦਾ ਸੀ? ਇੱਥੇ ਨਹੀਂ ਲੁਕਦੇ? ਇੱਥੇ ਨਹੀਂ ਡਰਦਾ? ਇੱਥੇ ਜਦੋਂ ਹੁਣ ਰਾਹ 'ਚ ਪੁਲਿਸ ਆਉਂਦੀ ਉਦੋਂ ਵੀ ਡਰ ਨਹੀਂ ਲੱਗਦਾ? ਨਾ ਨਾ, ਹੁਣ ਨਹੀਂ ਡਰ ਲੱਗਦਾ ਇੱਥੇ। ਅੱਛਾ ਜੀ, ਠੀਕ ਹੈ। ਇੱਥੇ ਤਾਂ ਨਹੀਂ ਮਾਮਾ ਕਹਿੰਦੇ ਪੁਲਿਸ ਵਾਲੇ? ਇੱਥੇ ਵੀ ਮਾਮਾ ਹੀ ਕਹਿੰਦੇ ਆ ਪੁਲਿਸ ਵਾਲੇ। ਮਤਲਬ ਉਹੀ ਪਿਆਰ ਰੱਖਿਆ ਇਹ ਵਾਲੇ? ਪਿਆਰ ਹੀ। ਰੰਧਾਵਾ ਸਾਹਿਬ ਅੰਦਰ ਨੇ ਜੀ? ਹਾਂਜੀ, ਰੰਧਾਵਾ ਸਾਹਿਬ ਉੱਧਰ ਅੰਦਰ। ਚਲੋ ਮੈਂ ਕਰਨਾ ਜੀ ਗੱਲਬਾਤ, ਫਿਰ ਥੋੜ੍ਹਾ ਹਿਸਾਬ ਕਿਤਾਬ ਜਿਹਾ ਕਰਨਾ ਫਿਰ। ਠੀਕ ਹੈ ਜੀ, ਲੈ ਲਓ ਉੱਥੋਂ ਪੈਸੇ ਜਿੰਨੇ ਬਣਦੇ ਆ। ਹਾਂਜੀ ਹਾਂਜੀ, ਪੈਸੇ ਹੀ ਲੈਣਾ ਹੈ ਜੀ, ਹੋਰ ਆਪਾਂ ਕਿਹੜਾ ਜੀ ਉੱਥੇ ਹੈ ਹੀ ਨਹੀਂ। ਕਿੱਧਰ ਗਏ? ਅੱਛਾ, ਖਾਲੀ ਪਿਆ ਇੱਥੇ, ਮੈਨੂੰ ਲੱਗਦਾ ਪੁਲਿਸ ਨੂੰ ਦੇਖਦੇ ਨਹੀਂ ਚੱਲ ਕੇ ਸਾਰੇ, ਜਮਾਂ ਖਾਲੀ ਪਿਆ ਚਾਰ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਧਾਵਾ ਸਾਹਿਬ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਇੱਧਰੋਂ? ਹਾਂਜੀ ਹਾਂਜੀ, ਠੀਕ ਹੈ। ਅਤੇ ਇਹ ਸਾਰਾ ਆਫਿਸ ਵੀ ਬੜਾ ਸੋਹਣਾ ਬਣਾਇਆ, ਇਹ ਸਾਰੇ ਜਿੰਨੇ ਕੰਮ ਕਰ ਉਹਨਾਂ ਦਾ ਆਫਿਸ ਸਾਰਾ ਇਹੀ ਹੈ ਕਿ ਜਾਂ ਸਭ ਦੇ ਆਫਿਸ ਅਲੱਗ ਅਲੱਗ? ਨਹੀਂ, ਇਹੀ ਹੈ ਸਾਰਾ ਆਫਿਸ ਇੱਥੇ ਆ, ਇੱਥੋਂ ਆਪਰੇਟ ਕਰਦੇ ਆ, ਇੱਥੋਂ ਆਪਰੇਟ ਕਰਦੇ ਇਹ ਕਾਹਦੀਆਂ ਹੈਗੀਆਂ ਸ਼ੀਟਾਂ ਜੀ? ਇਹ ਭਾਅ ਜੀ ਤਾਂ ਆਪਾਂ ਸਾਈਨਾਂ ਦਾ ਵੀ ਕੰਮ ਕਰਦੇ ਹਾਂ, ਟਰੱਕਾਂ ਦੇ ਸਾਈਨ, ਟ੍ਰੇਲਰਾਂ ਦੇ ਸਾਈਨ ਸਾਰੇ ਲਾਈ ਦੇ ਆ। ਛੱਡਿਓ ਨਾ ਕੁਛ, ਬੜੀ ਗੱਲ। ਅੱਛਾ, ਸਾਈਨ ਕਿਹੜੇ ਜਿਹੜੇ ਟਰੱਕਾਂ ਦੇ ਹੁੰਦੇ ਆ? ਜਿਹੜੇ ਆਪਣੇ USDOT ਨੰਬਰ ਹੋ ਗਿਆ, ਕੰਪਨੀ ਦਾ ਨਾਮ ਵਗੈਰਾ ਲਿਖੀਦਾ, ਵੱਡਾ ਵੱਡਾ ਕਰਕੇ ਲਿਖਿਆ ਹੁੰਦਾ ਨਾ ਰੰਧਾਵਾ ਟਰਾਂਸਪੋਰਟ, ਜੋਗਾ ਟਰੱਕ ਲਾਈਨ, ਇਹ ਸਾਰੇ ਸਾਈਨ ਆਪਾਂ ਲਾਉਂਦੇ ਹਾਂ ਟ੍ਰੇਲਰਾਂ ਦੇ। ਵੈਰੀ ਗੁੱਡ, ਵੈਰੀ ਗੁੱਡ। ਹਾਂਜੀ ਹਾਂਜੀ, ਤੇ ਉਦੋਂ ਹੀ ਚਿਪਕ ਜਾਂਦੇ ਫਿਰ ਉਹ ਕਿ? ਨਹੀਂ, ਇਹ ਹੁੰਦਾ ਜੀ ਲੈਮੀਨੇਸ਼ਨ ਜੀ ਲਾਈ ਹੁੰਦੀ ਆ, ਬਸ ਲਾ ਕੇ ਤਾਂ ਆਪਾਂ ਉੱਥੇ ਲਾ ਦੇ। ਵੈਰੀ ਗੁੱਡ ਜੀ, ਗੱਲ ਬਣ ਗਈ ਫਿਰ, ਤਾਂ ਬੜਾ ਵਧੀਆ ਹੋਇਆ ਮਾਹੌਲ। ਪੰਜਾਬ ਤੋਂ ਫਿਰ ਕਿਹੜਾ ਏਰੀਆ ਜੀ ਆਪਣਾ? ਆਪਣਾ ਕਪੂਰਥਲਾ ਜ਼ਿਲ੍ਹਾ ਪੈਂਦਾ ਜੀ ਪੰਜਾਬ। ਵਾਹ ਜੀ ਵਾਹ। ਪਿੰਡ? ਪਿੰਡ ਵਡਾਲਾ ਕਲਾਂ। ਵਡਾਲਾ ਕਲਾਂ, ਵਾਹ, ਮਸ਼ਹੂਰ ਪਿੰਡ ਹੈ ਇਹ ਤੁਹਾਡੇ ਲਾਗੇ ਆ ਜੀ? ਹਾਂਜੀ ਹਾਂਜੀ ਹਾਂਜੀ, ਸਾਰਾ ਪੰਜਾਬ ਬੈਠੋ, ਕੋਈ ਨਹੀਂ ਸੰਗੋ ਨਾ, ਕੋਈ ਨਹੀਂ, ਕੋਈ ਚਾਹ ਪਾਣੀ ਲੋੜ ਹੋਈ ਮੈਨੂੰ ਦੱਸ ਦਿਓ ਤੁਸੀਂ, ਆਪਾਂ ਮੰਗਾ ਲਾਂਗੇ ਜੀ ਅਸੀਂ, ਕੋਈ ਗੱਲ ਨਹੀਂ। ਨਹੀਂ ਹਜੇ ਵੀ ਚੱਲੀ ਜਾਂਦੀ? ਨਹੀਂ ਨਹੀਂ, ਹੁਣ ਪਰਮਾਤਮਾ ਦੀ ਕਿਰਪਾ ਜੀ, ਹੁਣ ਤਾਂ ਹਰ ਬੰਦਾ ਹੀ ਇੱਥੇ ਅਮਰੀਕਾ 'ਚ ਜਿਹੜਾ ਬੰਦਾ ਆਉਂਦਾ ਆ ਜੀ, ਮਿਹਨਤ ਕਰਦਾ ਆ, ਉਹ ਇੱਕ ਨਾ ਇੱਕ ਦਿਨ ਸੈੱਟ ਹੋ ਹੀ ਜਾਂਦਾ ਜੀ। ਥੋੜ੍ਹਾ ਟਾਈਮ ਲੱਗ ਜਾਂਦਾ, ਕੋਈ 5 ਸਾਲਾਂ 'ਚ ਹੋ ਜਾਂਦਾ, ਕੋਈ 10 'ਚ, ਬਟ ਹਰ ਇੱਕ ਬੰਦਾ ਹੀ ਹੋ ਜਾਂਦਾ ਤਕਰੀਬਨ ਹਰ ਬੰਦਾ। ਮੁੱਲ ਹੈਗਾ ਬਿਲਕੁਲ। ਅੱਛਾ, ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਕਿ ਪੰਜਾਬ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਹੈਗੀ, ਪੰਜਾਬ 'ਚ ਕਿਉਂ ਨਹੀਂ ਮਿਹਨਤ ਦਾ ਮੁੱਲ? ਅਸੀਂ ਨਹੀਂ ਉੱਥੇ ਮਿਹਨਤ ਕਰਕੇ ਰਾਜੀ, ਕਿ ਵਾਕਈ ਮਿਹਨਤ ਦਾ ਮੁੱਲ ਹੈ ਨਹੀਂ ਉੱਥੇ? ਨਹੀਂ ਜੀ, ਮਿਹਨਤ ਤਾਂ ਆਪਾਂ ਉੱਥੋਂ ਹੀ ਆਏ ਹਾਂ ਸਾਰੇ, ਉਹੀ ਬੰਦੇ ਆ ਆਪਾਂ, ਕੋਈ ਆਪਣੇ 'ਚ ਫਰਕ ਨਹੀਂ, ਮਿਹਨਤ ਤਾਂ ਆਪਾਂ ਸਾਰੇ ਹੀ ਕਰਕੇ ਰਾਜੀ ਹਾਂ। ਪਰ ਉੱਥੇ ਹੁਣ ਤੁਹਾਨੂੰ ਪਤਾ ਵੀ ਜ਼ਮੀਨਾਂ ਜਾਇਦਾਦਾਂ 'ਚ ਵੀ ਦੇਖੋ ਖੇਤੀਬਾੜੀ 'ਚ ਵੀ ਕੁਛ ਇੰਨਾ ਬਣਦਾ ਨਹੀਂ, ਕੰਮਾਂ ਕਾਰਾਂ ਦੇ ਵਿੱਚ ਵੀ, ਅਤੇ ਉੱਥੇ ਦੇ
ਸਿਸਟਮ ਉੱਥੇ ਦਾ ਕਹਿ ਦਿੰਦੇ ਆਪਾਂ ਵੀ ਸਿਸਟਮ ਹੀ ਉੱਥੇ ਇੱਦਾਂ ਦਾ ਆ, ਸਿਸਟਮ ਮਾੜਾ ਜੀ ਉੱਥੇ। ਇੱਥੇ ਜਿੰਨਾ ਜ਼ਿਆਦਾ ਤੁਸੀਂ ਹਾਰਡ ਵਰਕ ਕਰਦੇ ਹੋ, ਉੱਥੇ ਜੇ ਆਪਾਂ ਟਰੱਕ ਵਾਲੇ ਬੰਦੇ ਦੀ ਜੌਬ ਦੇਖੀਏ ਕਿੰਨਾ ਔਖਾ ਆ। ਸਭ ਤੋਂ ਮਾੜਾ ਹਾਰਡ ਟਰੱਕ ਡਰਾਈਵਰ ਦਾ ਵਿਆਹ ਨਹੀਂ ਹੁੰਦੇ ਵਿਚਾਰਿਆਂ ਦੇ, ਟਰੱਕ ਚਲਾਉਂਦਾ ਨਾ ਜੀ ਅਸੀਂ ਕੁੜੀ ਦੇਣੀ, ਉੱਥੇ ਖੂਹ ਸੁੱਟਣੀ ਹੈ ਤੂੰ, ਖੂਹ ਸੁੱਟ ਦਾਂਗੇ। ਹਾਂਜੀ, ਇੱਥੇ ਟਰੱਕਾਂ ਵਾਲਿਆਂ ਨੂੰ ਕਹਿੰਦੇ ਵਾਹ ਵਾਹ ਕਮਾਈ ਕਰਦਾ ਪੂਰੀ। ਬਸ ਬਸ ਉਹੋ ਜਿਹਾ ਜੀ, ਮਿਹਨਤ ਦਾ ਮੁੱਲ ਹੈ। ਫਿਰ ਉਹੀ ਗੱਲ ਆ ਗਈ ਨਾ ਵੀ ਜੇ ਉੱਥੇ ਟਰੱਕ ਵਾਲਾ ਕਰਦਾ ਉਹ ਵੀ ਮਿਹਨਤ ਇੱਥੇ ਨਾਲੋਂ ਸ਼ਾਇਦ ਜ਼ਿਆਦਾ ਕਰਦਾ ਹੋਊਗਾ, ਪਰ ਇੱਥੇ ਮਿਹਨਤ ਦਾ ਮੁੱਲ ਜਿੱਦਾਂ ਮਿਲਦਾ ਆ ਬੰਦੇ ਨੂੰ। ਬਿਲਕੁਲ ਗੱਲ ਪੱਕੀ ਹੈ ਤੁਹਾਡੀ। ਹਾਂਜੀ, ਤੇ ਹੁਣ ਟਰੱਕ ਵੀ ਹੈਗੇ ਆਪਣੇ ਟਰੱਕਾਂ ਦਾ? ਹਾਂਜੀ ਹਾਂਜੀ, ਆਪਾਂ ਟਰੱਕਾਂ ਦਾ ਵੀ ਕੰਮ ਆਪਣੇ ਡਿਸਪੈਚ ਵੀ ਕਰਦੇ ਹਾਂ ਤੇ ਆਪਣੇ ਟਰੱਕ ਵੀ ਹੈਗੇ ਆ। ਲਓ ਜੀ, ਆ ਇੱਕ ਹੋਰ ਹੋ ਗਈ, ਇੱਕ ਗੱਲ ਹੋਰ ਜੁੜ ਗਈ। ਹਾਂਜੀ ਹਾਂਜੀ, ਤੇ ਹੋਰ ਗਾਂ ਫਿਰ ਆਉਣ ਵਾਲੇ ਸਮੇਂ 'ਚ ਹੋਰ ਕੋਈ ਕੰਮ ਕੁੰਮ ਵਧਾਉਣਾ ਜਾਂ ਇਹਨੂੰ ਸੈੱਟ ਰੱਖਿਆ ਹੁਣ ਜਿਵੇਂ ਹੈਗਾ? ਹੁਣ ਤਾਂ ਜੀ ਉਹ ਕਹਿੰਦੇ ਹੁੰਦੇ ਜਿੰਨੀ ਕੁ ਜਵਾਨੀ ਵਾਲਾ ਕੰਮ ਸੀ ਸਾਰਾ ਜ਼ੋਰ ਜ਼ੋਰ ਲਾ ਲਿਆ ਸਾਰਾ, ਹੁਣ ਤਾਂ ਢਲਾਣ ਜੀ ਆ ਗਈ। ਹੁਣ ਮੈਂ ਕਹਿੰਦਾ ਸਲੋ ਡਾਊਨ, ਜਵਾਨੀ ਹੈ ਜੀ ਹਜੇ ਆ, ਤੁਸੀਂ ਮੇਰੇ ਖਿਆਲ $5-6 ਦਾ ਆਉਂਦਾ ਉਹ, ਮਤਲਬ ਤੂੰ ਜਵਾਨ ਹੋਏ ਨੇ ਉਹਨੇ। ਅੱਛਾ ਠੀਕ ਆ। ਹਾਂਜੀ, ਹੱਲ ਕੀਤਾ ਨਹੀਂ, ਸ਼ੁਰੂ ਕਰ ਲਾਂਗੇ ਉਹ ਵੀ। ਹਾਂ ਨਹੀਂ, ਫਿਰ ਜਵਾਨ ਦਾ ਕਿਹੜੀ ਗੱਲ ਹੈ ਜੀ? ਦੇਖੋ ਮੈਨੂੰ ਪੁੱਛਿਆ ਕਈਆਂ ਨੇ, ਹਾਂ ਮੈਨੂੰ ਪੁੱਛਿਆ ਕਹਿੰਦੇ ਵੀ ਤੁਹਾਨੂੰ 15 ਸਾਲ ਹੋ ਗਏ ਦੇਖਦੇ ਨੂੰ, ਹਾਂ ਇਹ ਤੁਹਾਡੀ ਜਵਾਨੀ ਦਾ ਕੀ ਰਾਜ ਆ? ਹਾਂ ਮੈਂ ਕਿਹਾ ਜੀ ਅਸਲ 'ਚ ਮੈਂ ਜਿਹੜਾ ਰੰਗ 15 ਸਾਲ ਪਹਿਲਾਂ ਲਾਉਂਦਾ ਸੀ ਉਹੀ ਹੁਣ ਲਾਉਣਾ, ਇਹ ਜਵਾਨੀ ਦਾ ਰਾਜ ਮੇਰਾ। ਹਾਂਜੀ ਹਾਂਜੀ, ਇੱਦਾਂ ਰਾਜ ਜਵਾਨੀ ਅਤੇ ਜਵਾਨੀ ਦਾ ਕੋਈ ਚੱਕਰ ਨਹੀਂ। ਅੱਛਾ ਪੰਜਾਬ ਫਿਰ ਜਾਂਦੇ ਰਹਿੰਦੇ? ਪੰਜਾਬ ਹਾਂਜੀ ਜਾਂਦੇ ਰਹੀਦਾ। ਅੱਛਾ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਜੀ ਆਪਾਂ, ਤਾਂ ਮੈਂ ਸਮਝਦਾ ਵੀ ਜਿਹੜਾ ਜਿੰਨਾ ਵਿਕਾਸ ਬਾਹਰਲੇ ਲੋਕਾਂ ਨੇ ਕੀਤਾ ਆਪਣੇ ਪਿੰਡਾਂ ਦਾ, ਹਾਂਜੀ ਸਰਕਾਰ ਨੇ ਤਾਂ ਨਹੀਂ ਕੀਤਾ ਜੀ ਉੱਥੇ, ਸਰਕਾਰਾਂ ਜਿੰਨੀਆਂ ਵੀ ਆਈਆਂ? ਸਰਕਾਰਾਂ ਦਾ ਵੀ ਹੁਣ ਆਪਣੇ ਖਰਚੇ ਆ ਜੀ, ਸਰਕਾਰਾਂ ਨੇ ਵੀ ਖਾਣਾ ਪੀਣਾ ਵੀ ਹੁੰਦਾ ਸਾਰਾ ਕੁਛ, ਸਰਕਾਰ ਦਾ ਆਪਣਾ ਕੰਮ ਆ ਜੀ। ਸਿਸਟਮ ਉੱਥੇ ਹੋ ਸਕਦਾ ਸੂਤ ਕਰੇ ਇੰਡੀਆ ਦੇ ਵਿੱਚ, ਚਾਹੇ ਉਹ ਪੁਲਿਸ ਹੈ, ਚਾਹੇ ਹੈਲਥ ਮਹਿਕਮੇ ਹੈ, ਚਾਹੇ ਟ੍ਰੈਫਿਕ ਹੈ, ਚਾਹੇ ਲੀਡਰ ਨੇ, ਜਿਹੜੇ ਵਧੀਆ ਬੰਦੇ ਆ, ਇਮਾਨਦਾਰ ਬੰਦੇ ਆ, ਜਾਂ ਜਿਹੜੇ ਆਪਾਂ ਕਹਿੰਦੇ ਸ਼ਰੀਫ ਬੰਦੇ ਆ, ਉਹ ਪਹਿਲਾਂ ਹੀ ਹੱਥ ਜੋੜ ਜਾਂਦੇ ਆ ਜੀ ਕਿਸੇ ਵੀ ਇਹੋ ਜਿਹਾ ਕੰਮ 'ਚ ਆਉਣ ਨਾਲ, ਉਹ ਕਹਿੰਦੇ ਸਾਡੇ ਕੋਲ ਲੋਕਾਂ ਦੀਆਂ ਗਾਲਾਂ ਨਹੀਂ ਖਾਣੀਆਂ। ਬਿਲਕੁਲ ਸਹੀ ਗੱਲ, ਜਿਹੜਾ ਉੱਥੇ ਬੰਦਾ ਥੋੜ੍ਹਾ ਜਿਹਾ ਖਤਰਨਾਕ ਬੰਦਾ ਆ, ਉਹੀ ਹਰ ਇੱਕ ਪਾਸੇ ਮੋਹਰੇ ਆ ਰਿਹਾ ਆ, ਤਾਂ ਫਿਰ ਉਹਨੇ ਤਾਂ ਫਿਰ ਉਹਨਾਂ ਕੀ ਕੰਮ ਕਰਨਾ? ਅੱਛਾ, ਆਪਣੇ ਸਾਬਕਾ ਡਿਪਟੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਪਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ। ਹਾਂਜੀ, ਉਹ ਤਾਂ ਚਲੋ ਕਦੋਂ ਬਣਦਾ ਨਹੀਂ ਬਦਲਦਾ, ਜੇ ਉਹਨਾਂ ਨੂੰ ਇੱਧਰ ਬੁਲਾ ਲਈਏ ਆਪਾਂ ਕੈਲੀਫੋਰਨੀਆ 'ਚ, ਉਹਨਾਂ ਨੂੰ ਜਾਂ ਉਹੋ ਜਿਹੇ ਲੀਡਰਾਂ ਨੂੰ, ਹਾਂਜੀ ਤੂੰ ਕੈਲੀਫੋਰਨੀਆ ਨੂੰ ਪੰਜਾਬ ਬਣਾ ਲੈਣਗੇ ਮੇਰੇ ਖਿਆਲ 2 ਮਹੀਨੇ ਟਰਾਈ ਪੂਰੀ ਕਰਨਗੇ ਜੀ, ਪਰ ਇੱਥੇ ਦਾ ਨਹੀਂ ਤਾਂ, ਇੱਥੇ ਦਾ ਜਿਹੜਾ ਕੰਸਟੀਟਿਊਸ਼ਨ ਆ, ਇੱਥੇ ਦਾ ਸਿਸਟਮ ਆ, ਉਹ ਬੜਾ ਤਕੜਾ ਆ ਜੀ, ਇੱਦਾਂ ਦੇ ਬੰਦਿਆਂ ਨੂੰ ਇੱਥੇ ਪੈਣੀ ਨਹੀਂ, ਨਹੀਂ ਤਾਂ ਅਦਰਵਾਈਜ਼ ਤਾਂ ਉਹਨਾਂ ਨੇ 2 ਮਹੀਨੇ 'ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣੇ ਆ। 2 ਮਹੀਨੇ 'ਚ ਰੇਤਾ ਮਹਿੰਗੀ, ਬੜਾ ਪੀਜ਼ਾ ਸਸਤਾ, 2 ਮਹੀਨੇ 'ਚ ਇੱਥੇ ਕਬਜ਼ੇ, ਚਲੋ ਜੀ ਕੋਠੀਆਂ ਦੇ ਕਬਜ਼ੇ। ਹਾਂਜੀ ਹਾਂਜੀ, ਹਾਂ ਚਲੋ ਬਚਾ ਹੀ ਰਵੇ, ਚੰਗੀ ਗੱਲ ਆ। ਹਾਂਜੀ ਹਾਂਜੀ ਹਾਂਜੀ, ਤੇ ਚਲੋ ਮੈਂ ਹੁਣ ਫੇਰ ਜਾਣਾ ਸੀ ਥੋੜੇ ਜਿਹੇ ਕੰਮ ਹੋਰ ਪਾਸੇ। ਹਾਂਜੀ ਹਾਂਜੀ, ਤੇ ਚਾਹ ਪਾਣੀ? ਬਸ ਠੀਕ ਆ ਭਾਜੀ, ਥੈਂਕ ਯੂ ਬੜੀ ਮਿਹਰਬਾਨੀ। ਚਾਹ ਪਾਣੀ ਨਹੀਂ, ਮੈਂ ਆਪਣਾ ਆਪਣਾ ਪੁੱਛਿਆ। ਹਾਂਜੀ ਹਾਂਜੀ, ਤੁਸੀਂ ਗਲਤ ਸਮਝ ਗਏ, ਤੇ ਨਹੀਂ ਕੋਈ ਨਹੀਂ, ਸਾਡੇ ਲਈ ਕੋਈ ਸੇਵਾ ਹੋਵੇ ਇੰਡੀਆ ਦੇ ਵਿੱਚ ਵੀ ਕੋਈ ਨਹੀਂ ਭਾਜੀ, ਕੰਮ ਚੱਕਦਾ ਕਰਨਾ ਹੋਵੇ, ਛਡਾਉਣਾ ਹੋਵੇ ਕੋਈ, ਮਤਲਬ ਸਾਰਾ ਕੰਮ ਲੀਡਰਾਂ ਨਾਲ ਮਿਲ ਕੇ ਕਰੀਦਾ ਜੀ ਆਪਾਂ। ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ ਆ ਜੀ, ਕਰਨਾ ਚਾਹੀਦਾ। ਠੀਕ ਹੈ ਜੀ, ਹਾਂਜੀ, ਤੇ ਚਲੋ ਮੈਂ ਫਿਰ ਹੁਣ ਚੱਲਦਾ, ਤੇ ਤੁਸੀਂ ਫਿਰ ਥੋੜਾ ਜਿਹਾ ਇੱਕ ਮੈਂ ਟਰੱਕ ਟਰੁੱਕ ਵੀ ਮੈਨੂੰ ਦੇ ਦਿਓ, ਛੋਟਾ ਮੋਟਾ ਮੈਂ ਚਲਾ ਲਿਆ ਕਰੂੰਗਾ ਜੀ। ਟਰੱਕ ਲੈ ਜਾਓ ਜਿੰਨੇ ਮਰਜ਼ੀ ਮਹਾਰਾਜ, ਟਰੱਕ ਤੁਹਾਡੇ ਯਾਰ, ਤੇ ਨਾਲੇ ਇੰਨਾ ਡੰਡਾ ਲਈ ਫਿਰਦੇ ਵੱਡਾ, ਤੇ ਟਰੱਕ ਤੁਹਾਨੂੰ ਦੇਣਾ। ਹਾਂਜੀ ਹਾਂਜੀ, ਨਹੀਂ ਮੈਂ ਸੋਚਦਾ ਮੈਂ ਟਰੱਕ ਦੇਖੇ ਬਹੁਤ, ਮੈਂ ਚਲਾਇਆ ਨਹੀਂ ਹਜੇ। ਤੁਸੀਂ ਰਿਕੁਐਸਟ ਵੀ ਕਰਦੇ, ਪਰ ਡੰਡੇ ਨੂੰ ਹੱਥ ਲਾ ਕੇ ਰਿਕੁਐਸਟ ਕਰਦੇ ਆ, ਫਿਰ ਬੰਦਾ ਜਵਾਬ ਵੀ ਮੋਹਰੇ ਕਿੱਦਾਂ ਦਊਗਾ? ਹਾਂਜੀ ਇਹ ਤਾਂ ਹੈ, ਬਿਲਕੁਲ ਇਹ ਤਾਂ ਹੈ। ਪਰ ਚਲੋ ਜੀ, ਮੈਂ ਨਾ ਪਹਿਲੀ ਬਾਈਕੋਡ, ਮੈਂ ਪੂਰਾ ਅਮਰੀਕਾ ਘੁੰਮਿਆ ਜੀ, 35-36 ਸਟੇਟ 'ਚ ਗਿਆ ਮੈਂ। ਹਾਂਜੀ, ਤੇ ਮੈਂ ਕੈਨੇਡਾ, ਇੰਗਲੈਂਡ, ਸਾਰੇ ਜਗ੍ਹਾ ਗਿਆ, ਪਰ ਇੱਥੇ ਜਿੰਨੀ ਰੌਣਕ ਦੇਖੀ ਮੈਂ ਆ ਕੇ ਤੁਹਾਡੇ ਇਸ ਯਾਰਡ ਦੇ ਵਿੱਚ, ਹਾਂਜੀ ਹਾਂਜੀ, ਮੈਂ ਕਹਿੰਦਾ ਨਜ਼ਾਰਾ ਆ ਗਿਆ ਜੀ। ਟਰੱਕ ਖੜ੍ਹੇ 4 ਚੁਫੇਰੇ, ਔਰ ਇੰਨੀ ਕੁ ਲੋਕ ਹੈਗੇ ਨੇ ਇੱਥੇ, ਪੰਜਾਬੀ ਇੰਨੇ ਜ਼ਿਆਦਾ, ਪੂਰਾ ਪਿੰਡ ਵਸਿਆ ਹੋਇਆ ਜੀ, ਬਹੁਤ ਮਜ਼ਾ ਆਇਆ ਦੇਖ ਕੇ ਜੀ। ਥੈਂਕ ਯੂ। ਚਲੋ ਜੀ, ਪਰਮਾਤਮਾ ਦੀ ਕਿਰਪਾ ਜੀ, ਇਸੇ ਤਰ੍ਹਾਂ ਹੀ ਰਹੇ ਜੀ, ਅਤੇ ਮੈਂ ਫਿਰ ਹੁਣ ਹੱਥ ਤੋਂ ਤੁਸੀਂ ਮਿਲਾ ਲਓ, ਮੇਰੇ ਕੰਮ ਦੀ ਚੀਜ਼ ਕੋਈ ਹਾਏ ਨਹੀਂ ਲੱਗਦੀ। ਲਿਆਉਣਾ ਸੀ ਉਹ ਚੱਕ ਕੇ? ਨਹੀਂ ਚੱਕ ਕੇ ਨਹੀਂ, ਤੁਸੀਂ ਗਿਫਟ ਹੀ ਦੇਣਾ ਸੀਗਾ, ਮਤਲਬ ਗਿਫਟ ਉਹ ਵੱਖਰੀ ਗੱਲ, ਗਿਫਟ ਬਣਾਉਣਾ ਸਾਨੂੰ ਆਪ ਪੈਂਦਾ, ਤੇ ਦੇਣਾ ਗਿਫਟ ਹੀ ਸੀਗਾ। ਹਾਂਜੀ ਹਾਂਜੀ, ਮੈਂ ਉਹ ਤੁਹਾਨੂੰ ਦੱਸਿਆ ਨਾ ਵੀ ਤੁਸੀਂ ਜੋ ਡੰਡੇ ਨੂੰ ਹੱਥ ਲਾ ਕੇ ਗਿਫਟ ਮੰਗਦੇ ਆ, ਬੰਦਾ ਬਹੁਤ ਵਧੀਆ ਕਰਦਾ। ਨਹੀਂ ਇੱਥੇ ਹੁਣ ਮੁੰਡੇ ਨੇ ਧੱਕੇ ਨਾਲ ਫੋਨ ਦਿੱਤਾ ਤੁਹਾਡੇ ਜੀ ਇੱਥੇ, ਮੈਂ ਹੁਣ ਕੀ ਕਰ ਸਕਦੇ, ਲੈਣਾ ਪੈਂਦਾ ਜੀ। ਹਾਂਜੀ ਚਲੋ, ਥੈਂਕ ਯੂ ਜੀ ਤੁਹਾਡਾ, ਪੌੜਨ ਦਾ ਵਾਸਾ, ਓਕੇ ਜੀ, ਚੰਗਾ ਜੀ, ਚੰਗਾ, ਮਿਹਰਬਾਨੀ ਜੀ, ਮਿਹਰਬਾਨੀ ਤਾਂ ਠੀਕ ਹੈ, ਅਤੇ ਹੁਣ ਫਿਰ ਕੁਛ ਗੜਬੜ ਵੀ ਤਾਂ ਕਰਨੀ ਪੈਣੀ, ਦੇਖ ਤਾਂ ਨਹੀਂ ਰਹੇ ਕਿਤੇ ਇਹਦਾ ਤਾਂ ਕੀ।